ਰਾਤ ਰੱਖੀ ਜੀ ਪ੍ਰਭੂ ਜੀ, ਮੇਰੀ ਆਤਮਿਕ ਅੱਖਾਂ ਖੋਲ ਦੇ, ਮੇਰੇ ਆਤਮਿਕ ਕੰਨ ਖੋਲ ਦੇ। ਬਾਈਬਲ ਕਹਿੰਦੀ ਆ ਕਲੀਸਿਆ ਸੁਣੇ, ਆਤਮਾ ਕਲੀਸਿਆ ਨੂੰ ਕੀ ਆਖਦਾ। ਪ੍ਰਭੂ ਜੀ ਆਤਮਿਕ ਕੰਨਾਂ ਦੀ ਗੱਲ ਹੋ ਰਹੀ ਆ, ਮੇਰੇ ਆਤਮਿਕ ਕੰਨ ਖੋਲ ਦੇ ਪ੍ਰਭੂ ਜੀ, ਆਤਮਿਕ ਅੱਖਾਂ ਖੋਲ ਦੇ ਪ੍ਰਭੂ ਜੀ। ਜੋ ਤੂੰ ਦਿਖਾਉਣਾ ਚਾਹੁੰਦਾ ਦੇਖ ਪਾਉਂਗਾ, ਜੋ ਸੁਣਾਉਣਾ ਪੈਣਾ ਸੁਣ ਪਾਉਂਗਾ। ਪ੍ਰਭੂ ਜੀ ਅੱਜ ਤੇਰਾ ਵਚਨ ਪ੍ਰਭੂ ਜੀ ਤੇਰੇ ਹੋਰ ਨਜ਼ਦੀਕ ਲੈ ਕੇ ਜਾਏ ਮੈਨੂੰ। ਬੋਲੋ ਪ੍ਰਾਰਥਨਾ ਕਰੋ, ਤੇਰਾ ਵਚਨ ਹੋਰ ਨਜ਼ਦੀਕ ਲੈ ਕੇ ਜਾਏ, ਤੇਰੇ ਨਾਲ ਗੂੜੇ ਸੰਬੰਧ ਬੰਨ ਪ੍ਰਭੂ ਜੀ, ਗੂੜੇ ਸੰਬੰਧ ਪ੍ਰਭੂ ਜੀ। ਪ੍ਰਾਰਥਨਾ ਕਰੇ ਸਾਰੇ ਜਣੇ ਅੱਖਾਂ ਨੂੰ ਬੰਦ ਕਰਕੇ, ਬੋਲੋ ਪ੍ਰਭੂ ਤੇਰਾ ਵਚਨ ਮੈਨੂੰ ਚੇਂਜ ਕਰੇ, ਬਦਲੇ ਮੇਰੇ ਹਾਲਾਤ, ਬਦਲੇ ਮੈਨੂੰ, ਚੇਂਜ ਕਰ ਦੇ ਪ੍ਰਭੂ ਜੀ, ਮੇਰੇ ਹਾਲਾਤਾਂ ਨੂੰ ਚੇਂਜ ਕਰ ਦੇ, ਬਦਲ ਦੇ ਮੈਂ ਪ੍ਰਭੂ ਜੀ। ਪ੍ਰਾਰਥਨਾ ਕੀਜੀ, ਵਚਨ ਨੂੰ ਉਠਾ ਉੱਚਾ ਉਠਾ ਕੇ, ਬੋਲੋ ਪ੍ਰਭੂ ਮੈਂ ਤੇਰੇ ਵਚਨ ਨੂੰ ਲਵ ਕਰਦੀ ਹਾਂ, ਲਵ ਕਰਦਾ, ਪ੍ਰੇਮ ਕਰਨੀ ਪ੍ਰੇਮ ਕਰਦਾ ਪ੍ਰਭੂ ਜੀ। ਇਹ ਮੈਨੂੰ ਬਿਮਾਰੀ ਤੋਂ, ਗੰਦਗੀ ਤੋਂ, ਪਾਪ ਤੋਂ ਬਚਾ ਕੇ ਰੱਖਦਾ ਪ੍ਰਭੂ ਜੀ। ਤੇਰੇ ਵਚਨ ਅਨੁਸਾਰ ਪ੍ਰਭੂ ਅੱਜੋ ਕੁਝ ਸੁਣਾ, ਮੈਂ ਬਹੁਤ ਸਾਰਾ ਫਲ ਲੈ ਕੇ ਆਇਆ। ਇਸੇ ਲਈ ਤੂੰ ਮੈਨੂੰ ਚੁਣਿਆ ਤੇ ਕਰ ਰਿਹਾ ਹੈ ਤਾਂ ਕਿ ਮੈਂ ਬਹੁਤ ਸਾਰਾ ਫਲ ਲੈ ਕੇ ਆਇਆ। ਈਸ਼ੂ ਮਸੀਹ ਦੇ ਨਾਮ ਚਾਹੁੰਦਾ, ਆਮੀਨ ਆਮੀਨ ਆਮੀਨ। ਹਾਲੇਲੂਇਆ, ਸਭ ਤਿਆਰ ਹੋ। ਬਾਈਬਲ ਚ ਲਿਖਿਆ ਪਰਮੇਸ਼ਰ ਨਾਲ ਗੂੜੇ ਸੰਬੰਧ ਆ ਨਾ, ਜਿਹੜੇ ਗੂੜੇ ਸੰਬੰਧ ਹਰੇਕ ਮੁਸੀਬਤ ਤੋਂ, ਹਰੇਕ ਆਫਤ ਤੋਂ ਛੁਡਾ ਲੈਂਦੇ ਆ। ਕੀ ਗੂੜੇ ਸੰਬੰਧ? ਆਓ ਪਹਿਲੇ ਕਹਿ ਪੜ੍ਹਦੇ ਆਪਾਂ, ਪਹਿਲਾ ਸਾਮੂਅਲ 30 ਉਹਦੀ 6 ਅੱਧ ਚ, ਦਾਊਦ ਵੱਡਾ ਔਖਾ ਹੋਇਆ ਕਿਉਂ ਜੋ ਲੋਕ ਉਹਨੂੰ ਵੱਟੇ ਮਾਰਨ ਦਾ ਅਭਾਉ ਕਰਦੇ ਸਨ, ਇਸ ਲਈ ਜੋ ਸਭ ਆਪਣੇ ਆਪੋ ਆਪਣੇ ਪੁੱਤਰਾਂ ਧੀਆਂ ਵੱਲੋਂ ਬਹੁਤ ਦੁਖੀ ਸਨ, ਪਰ ਦਾਊਦ ਨੇ ਯਹੋਵਾ ਵੱਲ ਆਪਣੇ ਮਨ ਨੂੰ ਤਗੜਾ ਕੀਤਾ। ਹਾਲੇਲੂਇਆ। ਜੇ ਤੁਸੀਂ ਪਿੱਛੋ ਸਟਾਰਟਿੰਗ ਤੋਂ ਪੜ੍ਹੋਗੇ, ਫਲਿਸਤੀ ਸੀ ਜਿਹੜੀ, ਫਲਿਸਤੀ ਤੇ ਕੁਝ ਅਮਲ ਲਿਖੀ ਸੀ, ਉਹਨਾਂ ਨੇ ਕੀ ਕੀਤਾ? ਦਾਊਦ ਦਾ ਸਾਰਾ ਪਰਿਵਾਰ, ਦਾਊਦ ਦੇ ਧੀਆਂ ਪੁੱਤਰ ਜਿਹੜੇ ਦਾਊਦ ਨਾਲ ਬੰਦੇ ਰਹਿੰਦੇ ਸੀ, ਉਹਨਾਂ ਦਾ ਸਾਰਾ ਬੰਦੀ ਬਣਾ ਕੇ ਸਭ ਕੁਝ ਲੁੱਟ ਖੋ ਕੇ ਤੇ ਲੁੱਟ ਕੇ ਲੈ ਗਏ। ਤੇ ਜਿਹੜੇ ਦਾਊਦ ਨਾਲ ਲੜਾਈ ਕਰਨ ਜਾਂਦੇ ਸੀ ਪਾਸੇ ਆਸੇ, ਤੇ ਉਹ ਦਾਊਦ ਨਾਲ ਬੰਦੇ ਸੀ, ਉਹਨਾਂ ਦੇ ਵੀ ਧੀਆਂ ਪੁੱਤਰ ਸੀ, ਸਾਰਾ ਕੁਛ ਲੁੱਟ ਖੋ ਕੇ ਉਹਨਾਂ ਦਾ ਲੁੱਟ ਕੇ ਲੈ ਗਏ। ਤੇ ਜਿਹੜੇ ਦਾਊਦ ਨਾਲ ਬੰਦੇ ਸੀਗੇ ਉਹਨਾਂ ਨੇ ਗਲੇ ਚੱਕ ਲਏ ਦਾਊਦ ਦੇ ਮਾਰਨ ਵਾਸਤੇ। ਕਿਹਨੇ? ਉਹਨਾਂ ਨੇ ਗਲੇ ਚੱਕ ਲਏ ਦਾਊਦ ਦੇ ਮਾਰ ਦੇ, ਵੀ ਇਹਦੇ ਕਰਕੇ ਇਹੀ ਸਾਨੂੰ ਲੜਨ ਵਾਸਤੇ ਉੱਧਰ ਲਿਆ ਸੀ। ਪਰ ਦਾਊਦ ਦਾ ਸੰਬੰਧ ਸੀ ਜਿਹੜਾ ਪਰਮੇਸ਼ਰ ਨਾਲ ਬਹੁਤ ਮਜ਼ਬੂਤ ਸੀ। ਕਿਹਦੇ ਨਾਲ? ਫਿਰ ਤੋਂ ਬੜੀ ਜਿਹੜੀ ਸਮਝ ਆ, 6:30 ਦਾਊਦ ਵੱਡਾ ਔਖਾ ਹੋਇਆ ਕਿਉਂ ਜੋ ਲੋਕ ਉਹਨੂੰ ਵੱਟੇ ਮਾਰਨ ਦਾ ਅਭਾਉ ਕਰਦੇ ਸਨ, ਇਸ ਲਈ ਜੋ ਸਭ ਆਪਣੇ ਆਪੋ ਆਪਣੇ ਪੁੱਤਰ ਧੀਆਂ ਵੱਲੋਂ ਬਹੁਤ ਦੁਖੀ ਸਨ, ਪਰ ਦਾਊਦ ਨੇ ਯਹੋਵਾ ਆਪਣੇ ਪਰਮੇਸ਼ਰ ਵੱਲ ਆਪਣੇ ਮਨ ਨੂੰ ਤਗੜਾ ਕੀਤਾ। ਅੱਗੇ 8 ਚ ਲਿਖਿਆ ਤਾਂ ਦਾਊਦ ਨੇ ਯਹੋਵਾ ਕੋਲੋਂ ਗੱਲ ਪੁੱਛੀ ਅਤੇ ਆਖਿਆ, ਮੈਂ ਉਸ ਦਲ ਦੇ ਮਗਰ ਪਵਾਂ ਕੇ ਨਾ, ਕੀ ਮੈਂ ਉਹਨਾਂ ਕੋਲ ਅਪੜਾਂਗਾ ਜਾਂ ਨਹੀਂ? ਉਸਨੇ ਉੱਤਰ ਦਿੱਤਾ, ਮਗਰ ਪੈ, ਕਿਉਂ ਜੋ ਤੂੰ ਜ਼ਰੂਰ ਉਹਨਾਂ ਕੋਲ ਅਪੜੇਗਾ, ਤੇ ਸੰਗ ਤੋਂ ਸਭ ਕੁਝ
ਛੁਡਾ ਲਵੇਗਾ। ਹੁਣ ਗੱਲ ਇੱਥੇ ਹੈਗੀ ਸੰਬੰਧ ਦੀ, ਪਰਮੇਸ਼ਰ ਨਾਲ ਤੁਹਾਡੇ ਸੰਬੰਧ ਕਿਹੋ ਜਿਹੇ ਆ। ਹਾਲੇ ਸੰਬੰਧ ਮਜ਼ਬੂਤ ਹੋਣੇ ਚਾਹੀਦੇ, ਮਜ਼ਬੂਤ। ਦਾਊਦ ਦੇ ਵੇਖੋ ਹਾਲਾਤ ਬਹੁਤ ਖਰਾਬ ਸੀ, ਸਭ ਕੁਝ ਲੁੱਟਿਆ ਪੁੱਟਿਆ ਗਿਆ ਸੀ, ਤੇ ਦੂਜੇ ਡਲੇ ਮਾਰਨਾ ਚਾਹੁੰਦੇ ਸੀ, ਤੇ ਦਾਊਦ ਨੇ ਕੀ ਕੀਤਾ, ਦਾਊਦ ਨੇ ਪਰਮੇਸ਼ਰ ਨਾਲ ਗੱਲ ਕੀਤੀ, ਤੇ ਪਰਮੇਸ਼ਰ ਨੇ ਕੋਈ ਗੱਲ ਵੀ ਉੱਤਰ ਵੀ ਦਿੱਤਾ, ਕਹਿੰਦਾ ਜਾ। ਤੇ ਜਦੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਨੂੰ ਇੱਕ ਮੇਰਾ ਦੋਸਤ ਆ ਥੋੜੇ ਦਿਨ ਅੱਗੇ ਚਰਚ ਸੀ ਮਿਲਿਆ, ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਜਦੋਂ ਬੰਦਾ ਪਾਪ ਚ ਹੁੰਦਾ ਨਾ, ਗਲਤੀ ਗੁਨਾਹ ਚ ਹੁੰਦਾ, ਤਾਂ ਉਹਨੂੰ ਪਤਾ ਨੀ ਲੱਗਦਾ, ਉਹਨੂੰ ਦਿਖਦਾ ਨੀਗਾ। ਸਾਨੂੰ ਕੱਲ ਦਾ ਪਤਾ ਵੀ ਸਾਡੇ ਨਾਲ ਕੱਲ ਕੀ ਹੋ ਗਿਆ। ਮੈਂ ਤੈਨੂੰ ਬਹੁਤ ਵਾਰੀ ਆਖਿਆ, ਹੁਣ ਆਪਾਂ ਵਧਣ ਵਾਲੇ, ਬਹੁਤ ਵਧਣ ਵਾਲੇ ਆ। ਪਰਮੇਸ਼ਰ ਆਪਾਂ ਨੂੰ ਬਹੁਤ ਉੱਚਾ ਲੈ ਕੇ ਜਾਣ ਵਾਲਾ, ਕਿਉਂਕਿ ਹੁਣ ਅੱਗੇ ਸਾਨੂੰ ਦਿਖ ਰਿਹਾ। ਤੇ ਕਈਆਂ ਨੂੰ ਪਤਾ ਨੀ, ਕਈਆਂ ਨੂੰ ਐ ਲੱਗਦਾ ਪਾਸਟਰ ਨੂੰ ਹੀ ਬੋਲੀ ਜਾਂਦਾ, ਪਰ ਪਵਿੱਤਰ ਆਤਮਾ ਕਹਿ ਰਿਹਾ। ਕਿਉਂ ਕਹਿ ਰਿਹਾ? ਜਦੋਂ ਆਪਣੀ ਸੰਬੰਧ ਹੁੰਦੇ ਨਾ ਪਰਮੇਸ਼ਰ ਨਾਲ ਗੂੜੇ, ਹੁਣ ਵੇਖੋ ਸਭ ਡਲੇ ਚ ਨਹੀਂ ਬੈਠੇ, ਤੇ ਦਾਊਦ ਨੇ ਕੀ ਕੀਤਾ, ਬੁਰੇ ਹਾਲਾਤਾਂ ਚ ਮੁਸ਼ਕਲ ਚ ਕੀ ਕੀਤਾ, ਪਰਮੇਸ਼ਰ ਵੱਲ ਪੁੱਛਿਆ, ਉਹਨੂੰ ਪ੍ਰਭੂ ਕਹਿੰਦਾ ਕੀ ਕਰਾਂ। ਤੇ ਕਈ ਵਾਰੀ ਬੰਦਾ ਠੀਕ ਆ ਗਲਤ ਕੰਮਾਂ ਚ ਬੁਰੇ ਕੰਮਾਂ ਚ ਹੋ ਕੇ, ਤੇ ਫਿਰ ਪ੍ਰੇਰ ਕਰੇ ਪਰਮੇਸ਼ਰ ਨੂੰ, ਕੋਈ ਵੀ ਉੱਤਰ ਨਹੀਂ ਆਇਆ। ਰੱਖ ਕੇ ਪਰਮੇਸ਼ਰ ਮੈਨੂੰ ਕੋਈ ਰਾਹ ਦਿਖਾ, ਨਹੀਂ ਦਿਖੇਗਾ, ਨਹੀਂ ਦਿਖਾਏਗਾ, ਕਿਉਂਕਿ ਬੁਰੇ ਬੰਦੇ ਨਾਲ ਗੱਲ ਨਹੀਂ ਕਰਦਾ, ਪਾਪੀ ਬੰਦੇ ਨਾਲ ਗੱਲ। ਪਾਪੀ ਨੂੰ ਕੋਲੇ ਸਾਦਾ ਪਹਿਲਾਂ ਸਾਫ਼ ਕਰਦਾ, ਕਲੀਨ ਕਰਦਾ, ਫਿਰ ਉਹਨੂੰ ਗੱਲ ਕਰਨ ਦੇ ਯੋਗ ਬਣਾਉਂਦਾ। ਹਾਲੇਲੂਯਾ। ਫਿਰ ਤੂੰ ਮੇਰੇ ਲਈ ਦੂਜੀ ਐਤ ਪੜ੍ਹ ਦੇ, 8 ਐਤ। ਤਾਂ ਦਾਊਦ ਨੇ ਯਹੋਵਾ ਕੋਲੋਂ ਗੱਲ ਪੁੱਛੀ ਅਤੇ ਆਖਿਆ, ਮੈਂ ਉਸ ਦਾਊਦ ਦੇ ਮਗਰ ਪਵਾਂ ਕਿ ਨਾ, ਕੀ ਮੈਂ ਉਹਨਾਂ ਕੋਲ ਅਪਣਾਗਾ ਜਾਂ ਨਹੀਂ। ਉਸ ਨੇ ਉੱਤਰ ਦਿੱਤਾ, ਮਗਰ ਪੈ, ਕਿਉਂ ਜੋ ਜ਼ਰੂਰ ਤੂੰ ਉਹਨਾਂ ਕੋਲ ਅਪਣੇਗਾ ਅਤੇ ਨਿਸੰਗ ਤੂੰ ਉਹਨਾਂ ਕੋਲੋਂ ਸਭ ਕੁਝ ਛੁਡਾ ਲਵੇਂਗਾ। ਹੁਣ ਬਾਈਬਲ ਚ ਲਿਖਿਆ, ਜਿਹੜੇ ਜ਼ੋਰ ਮਾਰਦੇ ਨਾ, ਜ਼ੋਰ ਮਾਰਦੇ ਉਹ ਖੋ ਲੈਂਦੇ ਆ। ਇੱਥੇ ਪ੍ਰਭੂ ਕਹਿੰਦਾ ਤੂੰ ਮਗਰ ਪੈ, ਤੂੰ ਨਿਸੰਗ ਆਪਦੇ ਘਰਾਣੇ ਨੂੰ, ਆਪਦੇ ਬੱਚਿਆਂ ਨੂੰ, ਹਰ ਇੱਕ ਚੀਜ਼ ਜੋ ਸ਼ੈਤਾਨ ਨੇ ਖੋਇਆ, ਮੈਂ ਕਿਹਾ ਤੁਸੀਂ ਵੀ ਛਡਾਓਗੇ ਅੱਜ ਤੋਂ, ਇਸ ਵਚਨ ਤੋਂ ਬਾਅਦ, ਸੁਣਨ ਤੋਂ ਬਾਅਦ। ਮੈਂ ਕਿਹਾ ਜੋ ਨਾ ਕੋਈ ਸ਼ੈਤਾਨ ਨੇ ਖੋਇਆ ਤੁਸੀਂ ਛਡਾ ਲਓਗੇ ਯਿਸੂ ਮਸੀਹ ਦੇ ਸਾਹਮਣੇ ਰੱਖ ਕੇ, ਕਿਉਂਕਿ ਪਰਮੇਸ਼ਰ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਯਿਸੂ ਮਸੀਹ ਦੇ ਨਾਮ ਤੇ। ਜਿੰਨਾ ਕੁਛ ਵੀ ਮੈਂ ਕਿਹਾ ਪਰਮੇਸ਼ਰ ਨੇ ਤੁਹਾਡੀ ਲਾਈਫ ਚ ਚਲਾਇਆ, ਉਹ ਵਾਪਸ ਪਾਓਗੇ ਯਿਸੂ ਦੇ ਨਾਮ ਚ। ਕੀ ਕਹਿੰਦਾ ਬਾਈਬਲ? ਕਹਿੰਦੀ ਵਚਨ ਕਹਿੰਦਾ ਜਿਹੜੇ ਜ਼ੋਰ ਮਾਰਦੇ ਆ, ਜ਼ੋਰ ਮਾਰਨਾ ਕਿਵੇਂ? ਹਾਲੇਲੂਯਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਹਾਲੇਲੂਯਾ, ਦੋ ਬੰਦੇ ਮੰਨ ਲਓ, ਆ ਦੋ ਬੰਦੇ ਮੜ ਖੜੇ ਹੋ ਜਾਈਏ, ਠੀਕ ਆ? ਦੋਵੇਂ ਬੱਚੇ ਪੜ੍ਹੇ ਲਿਖੇ ਆ, ਠੀਕ ਆ? ਇਸ ਬੰਦੇ ਦੀ ਠੀਕ ਆ ਪਲੱਸ ਟੂ ਕੀਤੀ ਆ, ਆ ਬੰਦਾ ਅਨਪੜ੍ਹ ਪਰ ਆ ਚੰਗਾ ਬਹੁਤ ਆ। ਇੱਕ ਪੰਜਾਬ ਸਰਕਾਰ ਨੇ ਠੀਕ ਆ, ਪੰਜਾਬ ਸਰਕਾਰ ਦੇ ਲੈ ਲੈਣੇ ਚਾਹੁੰਦੇ, ਠੀਕ ਆ? ਉਹਨੇ ਨੌਕਰੀ ਕੱਢੀ ਆ, ਜੋਬ ਕੱਢੀ ਆ, ਵੀ ਜਿਹੜਾ ਪਲੱਸ ਟੂ ਆ ਨਾ, ਜਿਹਨੇ ਪਲੱਸ ਟੂ ਪਾਸ ਜਿਹਦੇ ਕੋਲ ਪਲੱਸ ਟੂ ਦਾ ਸਰਟੀਫਿਕੇਟ ਆ, ਉਹਨੂੰ ਨੌਕਰੀ ਮਿਲੇਗੀ। ਪਰ ਆ ਬੰਦਾ ਠੀਕ ਨੀ ਹੈ, ਠੀਕ ਹੈ, ਪਰ ਅੰਦਾਜ਼ ਦੇ ਨਾਲ ਆ ਬੰਦਾ ਠੀਕ ਨੀ, ਆ ਠੀਕ ਆ, ਆ ਬਹੁਤ ਠੀਕ ਆ। ਹੁਣ ਦੱਸੋ ਨੌਕਰੀ ਕਿਹਨੂੰ ਮਿਲੇਗੀ? ਹੈ
ਜਿਹਦੇ ਕੋਲ ਪਲੱਸ ਟੂ ਦਾ ਸਰਟੀਫਿਕੇਟ ਰਾਈਟ ਐਵੇਂ ਕਰਦਾ ਐਵੇਂ ਹੁਣ ਤੁਸੀਂ ਮਸੀਹ ਚ ਕਈ ਬਹੁਤ ਚੰਗੇ ਬਹੁਤ ਵਧੀਆ ਪਰ ਲੜ ਨਹੀਂ ਰਹੇ ਪਰ ਲੜ ਨਹੀਂ ਰਹੇ ਫਾਈਟ ਨਹੀਂ ਕਰ ਰਹੇ ਤੁਸੀਂ ਜਦ ਤੱਕ ਤੁਹਾਡਾ ਪਰਮੇਸ਼ਰ ਤੁਹਾਨੂੰ ਤਿਆਰ ਕਰੇਗਾ ਹੁਣ ਵੇਖੋ ਛੋਟੇ ਬੱਚੇ ਨੂੰ ਪਤਾ ਕੀ ਕਰਦੇ ਆ ਸਟਾਰਟਿੰਗ ਤੋਂ ਕੀ ਕਰਦੇ ਛੋਟੇ ਛੋਟੇ ਦੇ ਪਹਿਲਾਂ ਤਾਂ ਜਦੋਂ 3 ਸਾਲ ਦਾ ਲੱਗੇ ਤਾਂ 3 ਸਾਲ ਦੇ ਨੂੰ ਬੱਚੇ ਨੂੰ ਸਕੂਲ ਚ ਪਾ ਦਿੰਦੇ ਆ 3 ਸਾਲ ਦੇ ਬੱਚੇ ਨੂੰ ਸਕੂਲ ਚ ਪਾ ਦਿੰਦੇ ਆ ਫਿਰ ਉਹਦੀ ਤਿਆਰੀ ਕਰਦੇ ਆ ਕੀ ਤਿਆਰੀ ਕਰਦੇ ਆ ਫਿਰ ਪਹਿਲੀ ਦੂਜੀ ਤੀਜੀ ਪਲੱਸ ਟੂ ਤੱਕ ਲੈ ਕੇ ਜਾਂਦੇ ਫਿਰ ਉਹ ਯੋਗ ਬਣਦਾ ਵੀ ਹਾਂ ਹੁਣ ਸਰਕਾਰ ਇਹਨੂੰ ਨੌਕਰੀ ਦੇ ਦੇਗੀ ਵੇਖੋ ਸਰੀਰਕ ਕੰਮ ਨਹੀਂ ਕਿੱਥੋਂ ਸ਼ੁਰੂ ਹੁੰਦਾ ਸਟੈਪ ਬਾਈ ਸਟੈਪ ਬਾਈ ਤੇ ਜਦੋਂ ਬੰਦੇ ਕੋਈ ਭੈਣ ਜਾਂ ਭਾਈ ਮਸੀਹ ਚ ਆ ਜਾਏ ਉਹ ਕੀ ਕਰਦਾ ਯਾਰ ਮੈਨੂੰ 1 ਮਹੀਨਾ ਹੋ ਗਿਆ ਚਰਚ ਆਉਂਦੇ ਨੂੰ 2 ਮਹੀਨੇ ਹੋ ਗਏ 2 ਸਾਲ ਹੋ ਗਏ ਯਾਰ ਪੰਜਾਬ ਸਰਕਾਰ ਨੇ ਭਰਤੀ ਕੱਢੀ ਮਿਲਦੇ ਕਦੇ ਨੀ ਮੈਨੂੰ ਨੌਕਰੀ ਪ੍ਰਭੂ ਨੇ ਵਾਅਦਾ ਕੀਤਾ ਕਿ ਮੈਂ ਤੈਨੂੰ ਬਰਕਤ ਦੇਵਾਂਗਾ ਆਸ਼ੀਸ਼ ਦੇਵਾਂਗਾ ਛੁਟਕਾਰਾ ਦੇਵਾਂਗਾ ਮਿਲਿਆ ਕਿਉਂ ਨਹੀਂ ਪਹਿਲਾਂ ਪਰਮੇਸ਼ਰ ਤਿਆਰ ਕਰੇਗਾ ਤੁਹਾਨੂੰ ਉਸਦੇ ਯੁੱਗ ਉਸਦੇ ਲਾਇਕ ਬਣਾਏਗਾ ਕਿ ਉਸਦੇ ਯੁੱਗ ਉਸਦੇ ਲਾਇਕ ਤਿਆਰੀ ਕਰਨੀ ਆਪਾਂ ਤਿਆਰੀ ਪਰਮੇਸ਼ਰ ਦੇ ਨਜ਼ਦੀਕ ਜਾਣਾ ਪਰਮੇਸ਼ਰ ਦੇ ਨੇੜੇ ਜਾਣਾ ਹੋਰ ਹਾਲੇਲੂਯਾ ਦਾਊਦ ਨੇ ਦੇਖੋ ਸਾਰਾ ਕੁਝ ਜੇ ਤੁਸੀਂ ਅਗਲੀ ਅੱਜ ਪੜੋਗੇ ਦਾਊਦ ਲੜਿਆ ਕਹਿੰਦਾ ਮੈਂ ਪ੍ਰਭੂ ਪਿੱਛੇ ਪਾਵਾਂ ਪਰਮੇਸ਼ਰ ਨਾਲ ਉਹਦੇ ਸੰਬੰਧ ਸੀ ਬਹੁਤ ਗੂੜੇ ਕਹਿੰਦਾ ਜਾਵਾਂ ਪਿੱਛੇ ਕਹਿੰਦਾ ਜਾ ਤੁਹਾਨੂੰ ਵੀ ਪਰਮੇਸ਼ਰ ਦੀ ਆਤਮਾ ਦੀ ਸਹਾਇਤਾ ਨਾਲ ਚੱਲੋ ਪਰਮੇਸ਼ਰ ਤੋਂ ਪੁੱਛ ਕੇ ਹਰ ਰੋਜ਼ ਪੁੱਛ ਕੇ ਰੋ ਮੈਂ ਇਸ ਕੰਮ ਨੂੰ ਕਰਾਂ ਜਾਂ ਨਾ ਕਰਾਂ ਪਹਿਲਾਂ 1 ਮਹੀਨਾ 1.5 ਮਹੀਨਾ ਜੇ ਤੋਂ ਤੁਸੀਂ ਕੋਈ ਵੱਡਾ ਡਿਸੀਜਨ ਲੈ ਰਹੇ ਹੋ 1 ਮਹੀਨਾ ਫਾਸਟਿੰਗ ਜਾਓ ਪ੍ਰੇਅਰ ਕਰੋ ਠੀਕ ਹੈ ਪੁੱਛੋ ਪ੍ਰਭੂ ਮੈਂ ਕੰਮ ਕਰਨ ਲੱਗੀ ਹਾਂ ਮੈਂ ਕੰਮ ਕਰਨ ਲੱਗਾ ਪੁੱਛੋ ਪਰਮੇਸ਼ਰ ਗੱਲ ਕਰੇਗਾ ਅੱਜ ਵੀ ਤੁਹਾਨੂੰ ਦੋ ਦੀ ਤਰ੍ਹਾਂ ਦੇਖਦਾ ਹੋ ਅੱਗੇ ਪਹਿਲਾਂ ਪਰਮੇਸ਼ਰ ਜੇ ਪੂਰੇ ਦੇਸ਼ ਨੂੰ ਛਡਾਉਣਾ ਹੁੰਦਾ ਸੀ 1 ਨੂੰ ਹੀ ਮਸਾ ਕਰਦਾ ਸੀ ਹੁਣ ਸਾਰਿਆਂ ਨੂੰ ਮਸਾ ਕਰਦਾ ਸਾਰਿਆਂ ਨੂੰ ਸੇਮ ਮੈਂ ਜਦੋਂ ਮੈਂ ਮਸੀਹ ਚ ਮਸੀਹ ਲਾਈਫ ਨੂੰ ਸ਼ੁਰੂ ਕੀਤਾ ਮੇਰੇ ਨਾਲ ਕਈ ਮੇਰੇ ਦੋਸਤ ਸੀ ਅੱਜ ਉੱਥੇ ਹੀ ਫਿਰਦੇ ਆ ਹਾਲੇਲੂਯਾ ਉੱਥੇ ਹੀ ਉਹਨਾਂ ਚੱਕਰਾਂ ਚ ਹੀ ਆ ਤੇ ਪਰਮੇਸ਼ਰ ਨੇ ਮੈਨੂੰ ਅੱਗੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਵੀ ਜ਼ਾਹਰ ਕਰਤੀਆਂ ਤੁਹਾਡੇ ਚ ਮੈਂ ਫਿਰ ਤੋਂ ਕਹਿੰਦਾ ਜਿਨ੍ਹਾਂ ਨੂੰ ਸੁਪਨੇ ਚ ਆ ਕੇ ਸੱਪ ਦਿਖਦੇ ਸੀ ਅੱਜ ਤੋਂ ਬਾਅਦ ਨਹੀਂ ਦਿਖਣਗੇ ਕਿਉਂਕਿ ਰਾਤ ਪਰਮੇਸ਼ਰ ਨੇ ਵਿਜੇ ਜੈ ਦਿਲਾ ਦਿੱਤੀ ਹੈ ਜਿਨ੍ਹਾਂ ਨੂੰ ਇੱਥੋਂ ਲੈ ਕੇ ਇੱਥੋਂ ਤੱਕ ਕੋਈ ਵੀ ਕੋਈ ਪ੍ਰੋਬਲਮ ਰਾਤ ਫਿਨਿਸ਼ ਖਤਮ ਹੋ ਚੁੱਕੇ ਰੋਗ ਕੋਈ ਵੀ ਪੇਟ ਚ ਰੀੜ ਦੀ ਹੱਡੀ ਦੀ ਖਤਮ ਹੋ ਕਿਉਂਕਿ ਪਵਿੱਤਰ ਆਤਮਾ ਕਹਿੰਦਾ ਮੈਂ ਆਉਣ ਵਾਲੇ ਸਮੇਂ ਦੀਆਂ ਗੱਲਾਂ ਤੇਰੇ ਤੇ ਜ਼ਾਹਰ ਕਰਦਾ ਵੀ ਕੱਲ ਨੂੰ ਕੀ ਹੋਏਗਾ ਹਾਲੇਲੂਯਾ ਜਦੋਂ ਆਪਣੇ ਸੰਬੰਧ ਮਜ਼ਬੂਤ ਨਹੀਂ ਹੁੰਦੇ ਤਾਂ ਦੇਖਦਾ ਨਹੀਂ ਵੀ ਕੱਲ ਨੂੰ ਕੀ ਕਰਨਾ ਜੇ ਤੁਸੀਂ ਪਵਿੱਤਰ ਆਤਮਾ ਨਾਲ ਮਜ਼ਬੂਤ ਆ ਨਾ ਤੇ ਤੁਸੀਂ ਪ੍ਰਾਰਥਨਾ ਕਰ ਰਹੇ ਤੇ ਕੱਲ ਨੂੰ ਕਿਹੜਾ ਕੰਮ ਕਿਵੇਂ ਕਰਨਾ ਕੀ ਕਰਨਾ ਸਭ ਕੁਝ ਤੁਹਾਡੇ ਤੇ ਜ਼ਾਹਰ ਕਰੇਗਾ ਕਿਵੇਂ ਕਰਨਾ ਜੇ ਘਰ ਦਾ ਵੀ ਕੋਈ ਕੰਮ ਆ ਨਾ ਕਿਵੇਂ ਕਰਨਾ ਜਿਹੜਾ ਆਤਮਿਕ ਬੰਦਾ ਉਹ ਛੇਤੀ ਕੰਮ ਕਰ ਲੈਂਦਾ ਘਰ ਦਾ ਹਾਲੇਲੂਯਾ ਪਰਮੇਸ਼ਰ ਦੇ ਨਜ਼ਦੀਕ ਬਹੁਤ ਜਾਣਾ ਬਹੁਤ ਨਜ਼ਦੀਕ ਜਾਣਾ ਬਹੁਤ ਕਲੋਜ਼ ਰਹਿਣਾ ਪ੍ਰਾਰਥਨਾ ਟਾਈਮ ਤੁਹਾਡਾ ਇੱਕ ਹੋਣਾ ਚਾਹੀਦਾ ਸੰਬੰਧ ਸਟਰੋਂਗ ਮਜ਼ਬੂਤ ਹੋਣੇ ਚਾਹੀਦੇ ਕਈਆਂ ਦੇ ਘਰਾਂ ਚ ਇਸ ਤਰ੍ਹਾਂ ਦਾ ਜੇ ਭੈਣ ਪ੍ਰਾਰਥਨਾ ਕਰਦੀ ਹੈ ਨਾ
ਤਾਂ ਭਾਈ ਨੂੰ ਆਇਆ ਵੀ ਮੇਰੀ ਪਤਨੀ ਕਰਦੀ ਆ। ਜੇ ਪਤੀ ਪ੍ਰਾਰਥਨਾ ਕਰਦਾ ਤਾਂ ਠੀਕ ਆ, ਪਤਨੀ ਕਹਿੰਦੀ ਲੈ ਮੇਰਾ ਪਤੀ ਵਾਧੂ ਪ੍ਰੇਅਰ ਕਰ ਲੈਂਦਾ। ਹਾਲੇਲੂਯਾ। ਹੁਣ ਦੇਖੋ ਦਾਊਦ ਨੇ, ਦਾਊਦ ਕਿੰਨੀਆਂ ਲੜਾਈਆਂ ਲੜਿਆ, 66 ਲੜਾਈਆਂ ਲੜਿਆ, ਇੱਕ ਵੀ ਨਹੀਂ ਹਾਰਿਆ, ਇੱਕ ਵੀ ਨਹੀਂ ਹਾਰਿਆ। ਇਹਦਾ ਰੀਜਨ ਕਾਰਨ ਕੀ ਸੀ? ਜਦੋਂ ਵੀ ਲੜਨ ਜਾਂਦਾ ਸੀ, ਜਦੋਂ ਵੀ ਲੜਨ ਜਾਂਦਾ ਸੀ, ਪ੍ਰਭੂ ਤੋਂ ਪੁੱਛਦਾ ਸੀ, ਪ੍ਰਭੂ ਮੈਂ ਆਹ ਕੰਮ ਕਰਨ ਲੱਗਿਆ ਕਿੱਧਰ ਦੀ ਜਾਵਾਂ, ਤੇ ਪ੍ਰਭੂ ਨੂੰ ਯੋਜਨਾ ਦੱਸਦਾ ਸੀ ਤੂੰ ਕਿਵੇਂ ਲੜਨਾ। ਅੱਜ ਵੀ ਆਪਾਂ ਇੱਕ ਲੜਾਈ ਚ, ਠੀਕ ਆ, ਜਦੋਂ ਆਪਾਂ ਲੜਾਈ ਕਰਦੇ ਕਿਧਰ ਸ਼ੈਤਾਨ ਨਾਲ, ਜੇ ਘਰੇ ਵਿਚਾਰਾ ਗਰੀਬੀ ਆ, ਬਿਮਾਰੀ ਆ, ਕੁਛ ਵੀ ਆ, ਪ੍ਰਭੂ ਤੋਂ ਪੁੱਛੋ ਪ੍ਰਭੂ ਕਿਵੇਂ ਕਿਸ ਰੀਤੀ ਨਾਲ ਲੜਾਂ। ਤੇ ਜੇ ਪਵਿੱਤਰ ਆਤਮਾ ਹੋਏਗਾ ਤਾਂ ਤੈਨੂੰ ਗਾਇਡ ਦੱਸੇਗਾ ਵੀ ਕਿਵੇਂ ਲੜਾਈ ਕਰ ਰਹੇ। ਦਾਊਦ ਨੇ 66 ਲੜਾਈਆਂ ਲੜੀਆਂ, ਪਰਮੇਸ਼ਵਰ ਨੂੰ ਦੱਸਦਾ ਸੀ, ਕਹਿੰਦਾ ਐਸ ਤਰ੍ਹਾਂ ਕਰਕੇ ਇੱਧਰ ਦੀ ਜਾ, ਹੁਣ ਇੱਧਰ ਦੀ ਜਾ, ਹੁਣ ਇੱਧਰ ਦੀ ਜਾ। ਜੇ ਬਾਈਬਲ ਪੜ੍ਹਿਆ, ਜੇ ਬੱਚੇ ਨੂੰ ਪੜ੍ਹਿਆ, ਜਿੱਧਰ ਵੀ ਜਿਵੇਂ ਵੀ ਪ੍ਰਭੂ ਦਾ ਆਤਮਾ ਕਹਿੰਦਾ ਸੀ ਉਹੀ ਜਾਂਦਾ ਸੀ, ਤੂੰ ਜਿੱਤ ਕੇ ਆਉਂਦਾ ਸੀ। ਮੈਂ ਕਿਹਾ ਤੁਸੀਂ ਵੀ ਜਿੱਤਣ ਵਾਲੇ ਯਿਸੂ ਮਸੀਹ ਦੇ ਨਾਮ, ਮੈਂ ਕਿਹਾ ਤੁਸੀਂ ਵੀ ਬਹੁਤ ਹੀ ਵਧਣ ਜਿੱਤੋ ਵੀ ਯਿਸੂ ਦੇ ਸਮਤੀ ਨਾਲ, ਕਿਉਂਕਿ ਬਾਈਬਲ ਕਹਿੰਦੀ ਉਸ ਦਿਨ ਮਾੜੇ ਤੋਂ ਮਾੜਾ ਵੀ ਦੂਤ ਵਰਗਾ ਔਰ ਦੂਤ ਤੱਕ ਵਾਲਾ ਪਰਮੇਸ਼ਰ ਉਹਦੇ ਦੂਤ ਵਰਗਾ ਹੋਏਗਾ। ਮੈਂ ਕਿਹਾ ਯਿਸੂ ਮਸੀਹ ਦੇ ਨਾਮ ਤੁਸੀਂ ਜਿੱਤਣ ਜਾ ਰਹੇ, ਅੱਜ ਤੋਂ ਬਾਅਦ ਤੁਹਾਡੇ ਸੰਬੰਧ ਸਟਰੋਂਗ ਹੋ ਜਾਣ, ਮਜ਼ਬੂਤ ਹੋ ਜਾਣਗੇ ਯਿਸੂ ਦੇ ਨਾਮ ਸੇ। ਮੈਂ ਕਿਹਾ ਪਰਮੇਸ਼ਰ ਦੇ ਨਜ਼ਦੀਕ ਜਾਣ ਵਾਲੇ ਤੁਸੀਂ ਯਿਸੂ ਦੇ ਨਾਮ ਚ। ਅੱਗੇ ਜੇ ਤੁਸੀਂ ਦੇਖੋ ਜ਼ਬੂਰ 51 ਦੀ 11 ਚ ਲਿਖਿਆ ਕੀ ਲਿਖਿਆ, ਕਹਿੰਦਾ ਪਰਮੇਸ਼ਰ ਆਪਦਾ ਪਵਿੱਤਰ ਆਤਮਾ ਮੈਥੋਂ ਨਾ ਲੈ। ਉਹਨੂੰ ਪਤਾ ਸੀਗਾ ਜਦੋਂ ਮੈਂ ਜਿੱਤਦਾ ਨਾ, ਮੇਰੀ ਜਿੱਤ ਦਾ ਕਾਰਨ ਰੀਜਨ ਕੀ ਆ? ਪਵਿੱਤਰ ਆਤਮਾ। ਜਦੋਂ ਉਹਨੇ ਪਾਪ ਕੀਤਾ, ਬਿਤਸ਼ਬਾ ਨਾਲ ਪਾਪ ਕੀਤਾ, ਗਲਤੀ ਕੀਤੀ, ਗੁਨਾਹ ਕੀਤਾ, ਉਸ ਤੋਂ ਬਾਅਦ ਪਰਮੇਸ਼ਰ ਨੇ ਆਪਦਾ ਆਤਮਾ ਲੈ ਲਿਆ, ਆਤਮਾ ਲੈ ਲਿਆ, ਪਵਿੱਤਰ ਆਤਮਾ ਲੈ ਲਿਆ। ਕਹਿੰਦਾ ਆਪਦਾ ਆਤਮਾ ਮੇਰੇ ਤੋਂ, ਉਹਨੂੰ ਪਤਾ ਸੀ ਸਾਰਾ ਕੁਛ, ਜੇ ਪਵਿੱਤਰ ਆਤਮਾ ਲੈ ਲਿਆ ਗਿਆ ਨਾ ਤਾਂ ਮੈਂ ਹਾਰਾਂਗਾ। ਇਸੇ ਕਰਕੇ ਤੁਹਾਨੂੰ ਆਖਿਆ ਪਰਮੇਸ਼ਰ ਦੇ ਨਜ਼ਦੀਕ ਤੁਹਾਨੂੰ ਜਾਂਦੇ ਰਹਿਣ ਦੀ ਜ਼ਰੂਰਤ ਆ, ਬਹੁਤ ਜ਼ਿਆਦੇ ਰਹਿ ਪਰਮੇਸ਼ਰ ਦੀ ਹਜ਼ੂਰੀ ਚ ਜ਼ਿਆਦੇ ਰਹਿਣ ਦੀ ਜ਼ਰੂਰਤ ਆ ਤੁਹਾਨੂੰ। ਹਾਲੇਲੂਯਾ। ਜਦੋਂ ਵੀ ਬੰਦਾ ਗਲਤੀ ਕਰਦਾ, ਪਰਮੇਸ਼ਰ ਦੇ ਆਤਮਾ ਦੇ ਆਉਣ ਦੀ ਆਵਾਜ਼ ਆਉਂਦੀ, ਕਈ ਭੈਣਾ ਤਾੜੀ ਮਾਰਦੇ, ਕਈ ਗੈਰ ਭਾਸ਼ਾ ਦਾ ਭਰ ਜਾਂਦੇ, ਆਉਣ ਦੀ ਆਵਾਜ਼ ਆਉਂਦੀ ਆ ਜਾਣ ਦੀ। ਹਾਲੇਲੂਯਾ। ਜਦੋਂ ਪਵਿੱਤਰ ਆਤਮਾ ਪਰਮੇਸ਼ਰ ਨੇ ਲੈ ਲਿਆ, ਹੁਣ ਇੱਥੇ ਉਹਦੀ ਪ੍ਰਾਰਥਨਾ ਵੇਖ, ਐ ਨੀ ਕਹਿੰਦਾ, ਕਹਿੰਦਾ ਉਹ ਸ਼ਕਤੀ, ਕਹਿੰਦਾ ਆਪਦਾ ਪਵਿੱਤਰ ਆਤਮਾ ਮੈਥੋਂ ਨਾ ਲੈ, ਕਿਉਂਕਿ ਪਵਿੱਤਰ ਆਤਮਾ ਉਹਨੂੰ ਦੱਸਦਾ ਸੀ ਜਦੋਂ ਵੀ ਉਹ ਪ੍ਰਾਰਥਨਾ ਕਰਦਾ ਸੀ ਕਿੱਧਰੋਂ ਜਾਣਾ, ਇੱਧਰੋਂ ਜਾ, ਇੱਧਰੋਂ ਲੜ, ਇੱਧਰੋਂ ਜਾ, ਉੱਧਰੋਂ। ਅੱਜ ਲੋਕਾਂ ਨੂੰ ਪਤਾ ਨੀ ਲੱਗਦਾ ਵੀ ਕੀ ਕਰੀਏ ਜਾਂ ਕੀ ਨਾ ਕਰੀਏ। ਇੱਕ ਪਾਸਟਰ ਸੀ, ਉਹਨੇ, ਮੈਂ ਪਿਛਲੇ ਸਮੇਂ ਤੁਹਾਨੂੰ ਵੀ ਬੋਲਿਆ ਸੀ, ਮੈਂ ਕਿਹਾ ਤੁਹਾਨੂੰ ਜਿਸ ਨੂੰ ਕੋਈ ਪ੍ਰੋਬਲਮ ਆ ਤਾਂ ਦੱਸੋ। ਇੱਕ ਪਾਸਟਰ ਨੇ ਕਲੀਸਿਆ ਚ ਬੋਲਤਾ, ਕਹਿੰਦਾ ਵੀ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਆ ਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਉਸ ਪਾਸਟਰ ਨੇ ਇੱਕ ਲੜਕਾ ਲੜਕੀ ਉਹਦੇ ਅੱਗੇ ਚਲੇ ਗਏ, ਕੋਲੇ ਚਲੇ ਗਏ, ਬਿਠਾਲੇ ਕੋਲੇ, ਕਹਿੰਦੇ ਹਾਂਜੀ ਕੀ ਸਮੱਸਿਆ? ਉਹ ਕਹਿੰਦੇ ਸਾਨੂੰ ਪਤਾ ਨੀ ਲੱਗਦਾ, ਦੋਵੇਂ ਪੜ੍ਹਾਈ ਕਰ ਰਹੇ ਸੀ, ਉੱਚ ਲੈਵਲ ਦੇ ਪੜ੍ਹਾਈ ਕਰ ਰਹੇ ਸੀ, ਠੀਕ ਆ, ਇੱਕ ਨੇ ਡਾਕਟਰ ਬਣਨਾ ਸੀਗਾ, ਇੱਕ ਨੇ ਕੋਈ ਵੀ ਕੰਪਿਊਟਰ ਇੰਜੀਨੀਅਰ ਕੁਛ ਵੀ ਬਣਨਾ ਸੀਗਾ, ਠੀਕ ਆ। ਆ ਗਏ, ਉਹਨੇ ਪੁੱਛਿਆ ਕਹਿੰਦਾ ਤੁਸੀਂ ਕੌਣ? ਉਹ ਕਹਿੰਦੇ ਅਸੀਂ ਆਪਸ ਮੇਂ ਫ੍ਰੈਂਡ ਆ, ਠੀਕ ਆ। ਤੇ ਪਾਪਾ ਨੇ ਮੇਰੇ ਆਤਮਿਕ ਪਿਤਾ ਦੀ ਗੱਲ ਹੀ ਪੁੱਛਿਆ, ਕਹਿੰਦਾ
ਕਿੰਨੇ ਚਿਰ ਤੋਂ ਕਿੰਨੇ ਚਿਰ ਤੋਂ ਅਖੇ ਵਿਆਹ ਕਦੋਂ ਕਰਾਉਣਾ ਅਖੇ ਵਿਆਹ ਕੇ 10 ਸਾਲਾਂ ਨੂੰ 5 ਸਾਲਾਂ ਨੂੰ ਕਰਾਉਣਾ ਹੁਣ ਧਿਆਨ ਦੇਣ ਵਾਲੀ ਗੱਲ ਆ ਹੁਣ ਬੰਦੇ ਨੇ ਬਣਨਾ ਡਾਕਟਰ ਹੋਵੇ ਤੇ ਰੱਖੀ ਇਲੈਕਟ੍ਰੀਸ਼ਨ ਬੈਠਾ ਹੋਵੇ ਜਾਂ ਪਲੰਬਰ ਰੱਖੀ ਬੈਠਾ ਹੋਵੇ ਉਹਨੂੰ ਇਹ ਸਮਝ ਨਾ ਆਵੇ ਕੀ ਕਰੀਏ ਅੱਜ ਵੇਖੋ ਜਦੋਂ ਬੰਦਾ ਪਾਪ ਚੰਦਾ ਤਾਂ ਉਹਨੂੰ ਕੁਛ ਨੀ ਦਿੰਦਾ ਅੱਗੇ ਕੁਛ ਵੀ ਨੀ ਦਿੰਦਾ ਸ਼ੈਤਾਨ ਅੱਖਾਂ ਅੰਨੀਆਂ ਕਰ ਦਿੰਦਾ ਜਦੋਂ ਪੁੱਛਿਆ ਉਹਨਾਂ ਨੂੰ ਕੀ ਕਰ ਰਹੇ ਉਹ ਕਹਿੰਦਾ ਪਾਪਾ ਨੂੰ ਸਮਝ ਆ ਗਈ ਕਹਿੰਦਾ ਤਾਂ ਹੀ ਇਹਨਾਂ ਦੀਆਂ ਅੱਖਾਂ ਬੰਦ ਆ ਮੈਂ ਹੁਣ ਬਣਨਾ ਡਾਕਟਰ ਆ ਰੱਖੀ ਇਲੈਕਟ੍ਰੀਸ਼ਨ ਬੈਠਾ ਬੈਠਾ ਅੱਛਾ ਜੇ ਬੰਦੇ ਨੇ ਬਿਜਲੀ ਦਾ ਮਕੈਨਿਕ ਬਣਨਾ ਹੋ ਗਿਆ ਠੀਕ ਆ ਤੇ ਬਿਜਲੀ ਦਾ ਕੰਮ ਹੀ ਸਿੱਖੇਗਾ ਨਾ ਜੇ ਡਾਕਟਰ ਬਣਨਾ ਹੋਵੇ ਡਾਕਟਰ ਹੀ ਸਿੱਖੇਗਾ ਉਹ ਪੜ੍ਹ ਕੁਝ ਹੋਰ ਰਹੇ ਸੀ ਸਮਝਦਾ ਆ ਰਹੀ ਨਾ ਜੇ ਕਿਸੇ ਨੇ ਮੰਨ ਲਓ ਬਣਨਾ ਫੌਜੀ ਹੋ ਜਾਈਏ ਠੀਕ ਆ ਤੇ ਕੰਮ ਡਾਕਟਰੀ ਵਾਲਾ ਸਿੱਖੀ ਜਾਂਦਾ ਹੋਵੇ ਐਂ ਦੋਵੇਂ ਕਨਫਿਊਜ਼ ਅੱਖਾਂ ਬੰਦ ਹੈ ਮਸੀਹ ਚ ਹੈ ਪ੍ਰਭੂ ਨੂੰ ਪੱਕੇ ਪੱਕੇ ਕ੍ਰਿਸਚਨ ਇੱਕ ਪਰਿਵਾਰ ਨੇ ਮੈਨੂੰ ਸ਼ਾਮ ਸਿੰਘ ਵਾਲੇ ਦੱਸਿਆ ਕਹਿੰਦੇ ਪੱਕੇ ਕ੍ਰਿਸਚਨ ਮਤਲਬ ਪੱਕੇ ਕਿਵੇਂ ਹੁੰਦੇ ਪੱਕੇ ਉਹ ਆ ਜਿਹੜੇ ਪੱਕੇ ਰਾਹ ਤੇ ਚੱਲ ਰਹੇ ਪੱਕਾ ਰਾਹ ਕੀ ਬਚਨ ਦਾ ਜਿਹੜੇ ਵਚਨ ਤੇ ਚੱਲ ਰਹੇ ਉਹ ਪੱਕੇ ਆ ਜਿਹੜੇ ਵਚਨ ਤੇ ਚੱਲ ਰਹੇ ਉਹ ਸ਼ੈਤਾਨ ਦਾ ਤਮਾਸ਼ਾ ਬਣਾ ਰਹੇ ਉਹਨਾਂ ਦੇ ਘਰਾਂ ਚ ਸ਼ੈਤਾਨ ਹੈ ਨੀ ਘਰ ਉਹ ਸ਼ੈਤਾਨ ਦਾ ਰਾਜ ਉਜਾੜ ਰਹੇ ਮੈਂ ਕਿਹਾ ਤੁਸੀਂ ਵੀ ਉਜਾੜੋਗੇ ਯਿਸੂ ਮਸੀਹ ਦੇ ਸਾਹਮਣੇ ਆਪਣੇ ਘਰ ਚੋਂ ਪਰਿਵਾਰ ਚੋਂ ਮੈਂ ਕਿਹਾ ਜਿੰਨਾ ਸ਼ੈਤਾਨ ਦੇ ਖਿਆ ਦੋ ਦੀ ਤਕਾ ਬਾਕਸ ਲੈ ਕੇ ਆਉਂਗੇ ਯਿਸੂ ਦੇ ਨਾਮ ਸੇ ਮੈਂ ਕਿਹਾ ਪਾਪ ਵੀ ਤੱਕ ਤੁਹਾਡੇ ਜੀਵਨ ਚ ਟੁੱਟ ਜਾਏ ਯਿਸੂ ਦੇ ਨਾਮ ਸੇ ਸ਼ੈਤਾਨ ਚਲਾ ਜਾਏ ਯਿਸੂ ਦੇ ਨਾਮ ਤੇ ਕਨਫਿਊਜ਼ਨ ਚਲੀ ਜਾਏ ਯਿਸੂ ਦੇ ਨਾਮ ਸੇ ਪਵਿੱਤਰ ਆਤਮਾ ਦੇ ਅੰਦਰ ਆਏ ਯਿਸੂ ਦੇ ਨਾਮ ਸੇ ਕੀ ਦੇਖੋ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਜਦੋਂ ਬੰਦਾ ਪਾਪ ਚ ਹੋਏਗਾ ਗਲਤੀ ਚ ਹੋਏਗਾ ਗਲਾਹ ਚ ਹੋਏਗਾ ਕੋਈ ਸਮਝ ਨਹੀਂ ਆਏਗੀ ਪਾਪ ਛੱਡ ਦੇਗਾ ਗਲਤੀ ਛੱਡ ਦੇਗਾ ਗੁਨਾਹ ਛੱਡ ਦੇਗਾ ਤਾਂ ਪਰਮੇਸ਼ਰ ਉਹਦੀ ਅੰਦਰਲੀ ਅੱਖਾਂ ਖੋਲ ਦੇਗਾ ਅੰਦਰਲੀ ਅੱਖਾਂ ਜੇ ਤੁਸੀਂ ਹਾਜ਼ਰਾ ਬਾਰੇ ਪੜ੍ਹਿਆ ਨਾ ਹਾਜ਼ਰਾ ਦੇ ਕੋਲ ਹੀ ਉਹ ਛੁਟਕਾਰਾ ਉਹ ਬਰਕਤ ਸੀ ਅਬਰਾਹਮ ਦੀ ਪਤਨੀ ਹਾਜ਼ਰਾ ਕੋਲ ਹੀ ਕੂਆ ਸੀ ਕੋਲ ਹੀ ਭੋਂਦੀ ਪੂਰੀ ਤੁਹਾਡੇ ਛੁਟਕਾਰਾ ਜਮਾ ਕੋਲੇ ਆ ਜਦ ਤੱਕ ਤੁਹਾਡੀਆਂ ਆਤਮਿਕ ਅੱਖਾਂ ਨਹੀਂ ਓਪਨ ਹੁੰਦੀਆਂ ਆਤਮਿਕ ਅੱਖਾਂ ਨਹੀਂ ਖੁੱਲਦੀਆਂ ਤਦ ਤੱਕ ਉਹਨੂੰ ਦੇਖ ਨਹੀਂ ਪਾਉਂਦੇ ਮੈਂ ਕਿਹੜਾ ਖੁੱਲ ਜਾਣੀ ਯਿਸੂ ਦੇ ਨਾਮ ਚ ਤੁਹਾਡੇ ਆਤਮਿਕ ਕੰਮ ਆਤਮਿਕ ਅੱਖਾਂ ਖੁੱਲ ਜਾਣੀ ਯਿਸੂ ਦੇ ਨਾਮ ਚ ਜੋ ਪਰਮੇਸ਼ਰ ਦੀ ਯੋਜਨਾ ਤੁਹਾਨੂੰ ਬਰਕਤ ਦੇਣ ਦੀ ਛੁਟਕਾਰਾ ਦੇਣ ਦੀ ਮਿਲੇ ਯਿਸੂ ਦੇ ਨਾਮ ਸਰ ਮਿਲੇ ਯਿਸੂ ਦੇ ਨਾਮ ਸਰ ਕਹਿੰਦਾ ਆਪਣਾ ਪਵਿੱਤਰ ਆਤਮਾ ਮੈਥੋਂ ਆਪਦਾ ਪਵਿੱਤਰ ਆਤਮਾ ਮੈਥੋਂ ਨਾ ਲੈ ਕਹਿੰਦਾ ਆਪਣੇ ਹਜ਼ੂਰੋਂ ਮੈਨੂੰ ਨਾ ਤੱਕ ਦੇਖੋ ਜਦੋਂ ਆਦਮ ਅਤੇ ਹਵਾ ਨੇ ਪਾਪ ਕੀਤਾ ਜੇ ਤੁਸੀਂ ਉਤਪਤੀ 3 ਚ ਪੜੋ ਤੇ ਆਦਮ ਅਤੇ ਹਵਾ ਨੇ ਪਾਪ ਕੀਤਾ ਨਾ ਜਦੋਂ ਕਿੰਨਾ ਵੱਡਾ ਪਾਪ ਕੀਤਾ ਉਹਨਾਂ ਨੇ ਹਾਲੇ ਪਰਮੇਸ਼ਰ ਕਹਿੰਦਾ ਸਾਰੇ ਬਾਗ ਦੇ ਫਲ ਤੁਸੀਂ ਖਾ ਸਕਦੇ ਹੋ ਪਰ ਇੱਕ ਫਲ ਨਹੀਂ ਖਾਣੀ ਕਹਿੰਦਾ ਇੱਕ ਫਲ ਨਹੀਂ ਖਾਣੀ ਤੇ ਸ਼ੈਤਾਨ ਨੇ ਉਹਨੂੰ ਭਰਮਾਇਆ ਅੱਜ ਵੀ ਭਰਮਾਉਂਦਾ ਬਾਈਬਲ ਕਹਿੰਦੀ ਵਚਨ ਕਹਿੰਦਾ ਧੋਖਾ ਦੇਣ ਆਉਂਦਾ ਭਰਮਾਉਣ ਆਉਂਦਾ ਤੇ ਕਈ ਭਰਮਾਏ ਜਾਂਦੇ ਆ ਪਰ ਵੇਖੋ ਉਹਨੇ ਫਲ ਥੋੜਾ ਤੇ ਖਾਧਾ ਕਿੰਨੀ ਕੁ ਵੱਡੀ ਗੱਲ ਸੀ ਤੇ ਪੁੱਛਿਆ ਪਤਾ ਕਿਹਨੇ ਖਾਧਾ ਕਿਹਨੇ ਸੀ ਹਵਾ ਨੇ ਤੇ ਪਰਮੇਸ਼ਰ ਨੇ ਬੰਦੇ ਨੂੰ ਪੁੱਛਿਆ
ਕਿਉਂਕਿ ਬੰਦੇ ਦੀ ਡਿਊਟੀ ਆ ਬੰਦੇ ਦੀ। ਕਈ ਵਾਰੀ ਮੰਨ ਲਓ ਤੁਹਾਡੇ ਪਰਿਵਾਰ 'ਚ ਜੇ ਭੈਣ ਵਿਸ਼ਵਾਸ ਕਰਦੀ ਨਾ, ਦੇਖੋ ਬੱਚਾ ਜੇ ਉਹ ਭੈਣ ਦਾ ਵੀ ਵਿਸ਼ਵਾਸ ਨਾ ਹੁੰਦਾ ਨਾ ਤਾਂ ਬੱਚਾ ਚਲਾ ਜਾਣਾ ਸੀ। ਦੇਖੋ ਉਹਦੇ ਪਤੀ ਦਾ ਕੋਈ ਵਿਸ਼ਵਾਸ ਨਹੀਂ ਸੀ। ਦੇਖੋ ਹੁਣ ਜੇ ਪਤੀ ਦਾ ਵੀ ਵਿਸ਼ਵਾਸ ਹੋਵੇ ਪਤਨੀ ਦਾ ਵੀ, ਤਾਂ ਜੇ ਤੁਹਾਨੂੰ ਕਹਿੰਦਾ ਇਹ ਨਾ ਸਮਝੋ ਕਿ ਮੇਰੀ ਪਤਨੀ ਪ੍ਰੇਅਰ ਕਰਦੀ, ਮੇਰੀ ਪਤਨੀ ਚਰਚ ਜਾਂਦੀ ਹੈ। ਮਨਨ ਜੀ ਜਿਹੜਾ ਪਰਮੇਸ਼ਰ ਅੱਜ ਇਸ ਦਿੱਕਤ 'ਚੋਂ ਕੱਢ ਸਕਦਾ ਅਗਲੀ 'ਚ ਵੀ ਕੱਢ ਸਕਦਾ। ਦੋ ਦਿਨ ਉਸ ਮੁਸੀਬਤ 'ਚੋਂ ਕੱਢਿਆ, ਉਹ ਵਫ਼ਾਦਾਰ ਹੈ। ਜਿਹੜੀ ਮੁਸੀਬਤ ਉਹਦੀ ਸੋਚ ਨਿਕਲਦਾ ਨਿਕਲਦਾ ਰਿਹਾ। ਬਾਈਬਲ ਕਹਿੰਦੀ ਮਰਨ ਤੋੜੀ ਵਫ਼ਾਦਾਰ ਰਹੇ ਪਰਮੇਸ਼ਰ। ਲੋਕ ਕੰਟੀਨਿਊਸ ਨਹੀਂ ਕਰ ਪਾਉਣਾ, ਲਗਾਤਾਰ ਵਫ਼ਾਦਾਰ ਨਹੀਂ ਰਹਿ ਪਾਉਂਦੇ, ਲਗਾਤਾਰ ਪਵਿੱਤਰਤਾ ਨੂੰ ਮੇਨਟੇਨ ਨਹੀਂ ਕਰ, ਲਗਾਤਾਰ ਚੱਲ ਨਹੀਂ ਪਾਉਂਦੇ। 15 ਦਿਨ ਪਵਿੱਤਰਤਾ 'ਚ, 15 ਦਿਨ ਹੋਰ ਕੰਮ 'ਚ, ਇੱਕ ਸਾਲ ਪਵਿੱਤਰਤਾ 'ਚ, ਦੂਜੇ ਸਾਲ ਫੇਰ। ਤੇ ਸ਼ੈਤਾਨ ਇਹੀ ਤਾਂ ਚਾਹੁੰਦਾ ਵੀ ਉੱਥੇ ਲਿਆਂਦਾ ਜਾ। ਪਰ ਜੇ ਤੁਸੀਂ ਬਣੇ ਰਹੋਗੇ, ਬਣੇ ਰਹੋਗੇ। ਯੂਸਫ ਦੀ 13 ਸਾਲ ਟ੍ਰੇਨਿੰਗ ਕੀਤੀ ਤੇ ਪ੍ਰਧਾਨ ਮੰਤਰੀ ਬਣਾ ਦਿੱਤਾ। ਤੇ ਬੱਚਾ ਵੀ ਜਦੋਂ ਪੜ੍ਹਦਾ, ਠੀਕ ਹੈ, ਪਲੱਸ 2 ਤੋਂ ਲੈ ਕੇ ਕਿੰਨੇ ਸਾਲ, ਫਸਟ ਤੋਂ ਲੈ ਕੇ ਕਿੰਨੇ ਸਾਲ ਲੱਗਦੇ ਆ 12ਵੀਂ ਤੱਕ, ਇੱਕ ਸਾਲ 'ਚ ਕਿਸੇ ਨੇ ਕੀਤੀ ਪਲੱਸ 2 ਪਹਿਲੀ ਤੋਂ ਲੈ ਕੇ 12 ਸਾਲ ਲੱਗਦੇ। ਸੇਮ ਯੂਸਫ ਦੀ 13 ਸਾਲ ਤਿਆਰੀ ਕੀਤੀ। ਪਰ ਤੁਹਾਨੂੰ ਵੀ ਤਿਆਰੀ, ਮੰਨੋ ਜੇ ਤੁਸੀਂ ਅੱਜ ਤੋਂ ਤਿਆਰੀ ਕਰੋਗੇ ਨਾ, ਤੁਹਾਡੇ ਯੰਗ ਲੜਕੇ ਲੜਕੀਆਂ ਜਾਂ ਭੈਣਾਂ ਜਾਂ ਭਾਈ ਕੋਈ ਵੀ, ਅੱਜ ਤੋਂ ਤਿਆਰੀ 5 ਸਾਲਾਂ 'ਚ ਨਾ ਤੁਹਾਡਾ ਸਾਰਾ ਪਰਮੇਸ਼ਰ ਕਰਦਾ ਨਕਸ਼ਾ ਚੇਂਜ, ਤੁਹਾਡੇ ਹਾਲਾਤ ਚੇਂਜ ਕਰ ਦੇਗਾ। ਪਰ ਤੁਸੀਂ ਕੰਟੀਨਿਊਸ ਲਗਾਤਾਰ ਨਹੀਂ ਕਰਦੇ। ਪ੍ਰਾਰਥਨਾ ਕਰ ਲਈ, ਮੰਨ ਲਓ 1 ਮਹੀਨਾ ਪੂਰੀ ਟੌਪ 'ਤੇ ਪ੍ਰਾਰਥਨਾ ਚੱਲ ਰਹੀ ਹੈ, ਵਰਤ ਵੀ ਚੱਲ ਰਹੇ, ਫਾਸਟਿੰਗ, ਅਗਲੇ ਮਹੀਨੇ ਫਿਰ ਸਾਰੇ ਹਾਲੇ ਲਈ ਅਗਲੇ ਮਹੀਨੇ ਫਿਰ ਦੌੜ। ਲਗਾਤਾਰ ਇੱਕ ਟਾਈਮ ਸਮਾਂ ਹੋਣਾ ਚਾਹੀਦਾ। ਕਦੇ ਤਾਂ ਪ੍ਰੇਅਰ ਲਾਈਫ ਸਿਰੇ ਤੇ ਆ ਤੇ ਕਦੇ ਨੀਚੇ, ਉੱਪਰ ਨੀਚੇ ਨਹੀਂ। ਬਾਈਬਲ ਕਹਿੰਦੀ ਧਰਮੀ ਜਨ ਦਾ ਪ੍ਰਕਾਸ਼ ਸੁਬਹ ਤੋਂ ਲੈ ਕੇ ਜਿਸ ਤੱਕ ਦੁਪਹਿਰ ਤੱਕ ਸੂਰਜ ਦਾ ਪ੍ਰਕਾਸ਼ ਵੱਧਦਾ, ਉਹ ਵੱਧਦਾ ਹੀ ਜਾਂਦਾ। ਮੈਂ ਕਿਹਾ ਤੁਸੀਂ ਵੱਧ ਰਹੇ ਯੀਸ਼ੂ ਮਸੀਹ ਦੇ ਸਮਰਥੀ ਨਾਮ, ਮੈਂ ਕਿਹਾ ਤੁਸੀਂ ਵੱਧ ਰਹੇ ਯੀਸ਼ੂ ਦੇ ਸਮਰਥੀ ਨਾਮ। ਅੱਗੇ ਜੇ ਦੇਖੋ ਜ਼ਬੂਰ 119 ਦੀ 64 ਤੇ 65, ਤੇਰੇ ਧਰਮ ਦੇ ਨਿਆਂ ਦੇ ਕਾਰਨ ਮੈਂ ਦਿਨ ਵਿੱਚ 7 ਵਾਰ ਤੇਰੀ ਉਸਤਤ ਕਰਦਾ ਹਾਂ। ਤੇਰੀ ਵਿਸਤਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਉਹਨਾਂ ਨੂੰ ਕੋਈ ਵੀ ਠੋਕਰ ਨਹੀਂ ਲੱਗਦੀ। ਬਾਈਬਲ ਕੀ ਕਹਿੰਦੀ ਆ, ਹੁਣ ਦਾਊਦ ਕਹਿੰਦਾ ਦਿਨ ਵਿੱਚ 7 ਵਾਰੀ ਕਹਿੰਦਾ ਤੇਰੇ ਅੱਗੇ ਜਾਂਦੇ। ਤੁਸੀਂ ਕਿੰਨੇ ਵਾਰੀ ਜਾਂਦੇ ਅੱਗੇ ਪ੍ਰਭ ਦੀ ਹਜ਼ੂਰੀ 'ਚ? ਕੰਮ ਹੀ ਬੜੇ ਆ ਜੀ, ਕੀ ਕਰੀਏ, ਕੰਮ ਹੀ ਨਹੀਂ ਮੁੱਕਦੇ। ਹਾਲੇ ਮੈਂ, ਅਸੀਂ ਵੀਰਵਾਰ ਚਰਚ ਜਾ ਰਹੇ ਸੀ, ਜਿਸ ਦਿਨ ਵਾਈਟ ਕੱਪੜਿਆਂ ਦੀ ਮੀਟਿੰਗ ਸੀ, ਕੁਝ ਬੰਦੇ ਨਾਲ ਫਰੀਦਕੋਟ ਤੋਂ ਤੁਰ ਕੇ 267 ਕਿਲੋਮੀਟਰ ਹਟ ਜਾਣਾ ਸੀ, ਮਤਲਬ 267 ਕਿਲੋਮੀਟਰ ਤੁਰ ਕੇ। ਜੇ ਇੱਕ ਦਿਨ 'ਚ 10 ਕਿਲੋਮੀਟਰ ਵਾਟ ਵੀ ਕਰਨਾ ਤਾਂ ਕਿੰਨੇ ਦਿਨ ਲੱਗਣਗੇ ਦੱਸੀ? ਕੈਲਕੂਲੇਟਰ ਦੇ ਨਾ
ਹੈ ਕਿੰਨੇ ਸਤਾਈ ਦਿਹਾੜੀ ਸਰੋਤਰ ਮੋੜਨ। ਚਲੋ ਇੱਕ ਮਹੀਨਾ ਕਰ ਲਓ ਸਾਰਾ, ਅਕਸਰ ਉੱਥੇ ਘੁੰਮਣਗੇ ਫਿਰਨਗੇ ਤੇ ਮਸੀਹ ਬੰਦੇ ਨੂੰ ਆਖਿਆ ਜਾਵੇ ਸੰਡੇ ਵੇਖੋ 30 ਦਿਨ ਖਰਾਬ ਕੀਤੇ ਯਾਰ, ਕੰਮ ਵੀ ਰੱਬ ਨੇ ਬਣਾਇਆ, ਕੰਮ ਵੀ ਰੱਬ ਨੇ ਬਣਾਇਆ, ਖਾਵਾਂਗੇ ਕਿੱਥੋਂ ਅਸ਼ੋਕ ਕਿੱਥੋਂ ਖਾਣਗੇ ਜਿਹੜੇ 30-30 ਦਿਨ ਜ਼ਿਆਦਾ 2-2 ਮਹੀਨੇ ਲਾ ਕੇ ਆਉਂਦੇ। ਮੇਰਾ ਭਰਾ ਜਾਂਦਾ ਰਿਹਾ ਪਹਿਲਾਂ ਮਸੀਹ ਤੋਂ ਆਉਣ ਤੋਂ ਪਹਿਲਾਂ ਦੀ ਗੱਲ, 2-2 ਢਾਈ ਮਹੀਨੇ ਤੇ ਕਹਿੰਦੇ ਅਸੀਂ ਜਿੱਤਦੇ ਕਿਉਂ ਨੀ, ਮੰਨਦੇ ਨੀ। ਮੈਂ ਕਿਹਾ ਮੰਨੋਗੇ ਅੱਜ ਤੋਂ ਬਾਅਦ ਉਹ ਫਲ ਪਾਉਂਗੇ ਯਿਸੂ ਮਸੀਹ ਦੇ ਸਾਮਰਥੀ ਨਾਮ ਤੇ। ਪਰਮੇਸ਼ਵਰ ਦੀਆਂ ਅੱਖਾਂ ਖੋਲਣ ਜਾ ਰਿਹਾ ਮੈਂ ਯਿਸੂ ਮਸੀਹ ਦੇ ਨਾਮ ਤੇ, ਯਿਸੂ ਦੇ ਨਾਮ ਤੇ। ਬਾਈਬਲ ਇੱਥੋਂ ਤੱਕ ਵੀ ਕਹਿੰਦੀ ਆ ਹਿਜਕੀਆ ਨੇ ਪਤਾ ਕੀ ਕੀਤਾ, ਉਹਦੇ ਗਹਿਰੇ ਸੰਬੰਧ ਸੀ ਗਹਿਰੇ ਪਰਮੇਸ਼ਵਰ ਨਾਲ, ਗੂੜੇ ਪ੍ਰਾਰਥਨਾ ਨੂੰ ਤਾਂ ਇੱਕ ਟਾਈਮ ਸੀ ਦੋਦ ਕਹਿੰਦਾ 7 ਵਾਰੀ। ਦੇਖੋ ਜਿੱਤ ਦਾ ਕਾਰਨ ਕੀ ਸੀ, ਜ਼ਿਆਦਾ ਪ੍ਰਾਰਥਨਾ ਚ ਰਹਿਣਾ, ਜ਼ਿਆਦਾ ਪ੍ਰਾਰਥਨਾ ਚ ਰਹਿਣਾ। ਏਲੀਆ ਇੰਨਾ ਪ੍ਰਾਰਥਨਾ ਚ ਰਿਹਾ, ਇੰਨਾ ਪ੍ਰਾਰਥਨਾ ਚ ਰਿਹਾ, ਪਰਮੇਸ਼ਵਰ ਉਹਦੇ ਸਰੀਰ ਨੂੰ ਹੀ ਨਹੀਂ ਖਤਮ ਕੀਤਾ, ਸਣੇ ਸਰੀਰ ਹੀ ਲੈ ਗਏ। ਪਰ ਲੋਕ ਇੰਨਾ ਉਹਦੇ ਨਾਲ ਅਟੈਚ ਸੀ, ਇੰਨਾ ਅਟੈਚ ਸੀ ਪਰਮੇਸ਼ਵਰ ਨਾਲ, ਉਹਦੇ ਵੀ ਸਰੀਰ ਨੂੰ ਉਵੇਂ ਸਰੀਰ ਹੀ ਨਹੀਂ ਮਰਨ ਦਿੱਤਾ। ਹਾਲੇਲੂਇਆ, ਤੁਹਾਨੂੰ ਵੀ ਪਰਮੇਸ਼ਵਰ ਦੀ ਆਗਿਆ ਤੇ ਚੱਲਣਾ ਬਹੁਤ ਜ਼ਰੂਰੀ ਹੈ, ਪਰਮੇਸ਼ਵਰ ਦੇ ਨਜ਼ਦੀਕ ਜਾਣਾ। ਇੱਥੋਂ ਆਉਣ ਵਾਲਾ ਸਮਾਂ ਜਿਹੜਾ ਇੱਥੋਂ ਆਉਣ ਵਾਲਾ ਸਮਾਂ ਹੋਏਗਾ ਨਾ, ਬਹੁਤ ਖਰਾਬ ਆ। ਜਿਹਦਾ ਪਰਮੇਸ਼ਵਰ ਦੇ ਅਟਲ ਵਿਸ਼ਵਾਸ ਹੋਏਗਾ, ਪੂਰਾ ਵਿਸ਼ਵਾਸ ਹੋਏਗਾ, ਪੂਰਾ ਨਜ਼ਦੀਕ ਹੋਏਗਾ, ਉਹ ਖੜਾ ਰਹਿ ਸਕਦਾ। ਤਾਂ ਹੀ ਬਾਈਬਲ ਕਹਿੰਦੀ ਜਿਹੜਾ ਖੜਾ ਚੌਕਸ ਰਹੇ ਕਿਤੇ ਡਿੱਗ ਨਾ ਪਵੇ। ਹਾਲੇਲੂਇਆ, ਜੇ ਹਿਜਕੀਆਲ ਬਾਰੇ ਪੜ੍ਹੋ ਨਾ, ਉਹਦੇ ਤੇ ਪਰਮੇਸ਼ਵਰ ਕਹਿੰਦਾ ਆਪਣੇ ਦਾਸ ਯਿਸ਼ਾਇਆ ਨੂੰ ਕਹਿੰਦਾ ਜਾ ਉਹਨੂੰ ਕਹਿ, ਕਹਿੰਦਾ ਤੂੰ ਇੰਨੇ ਦਿਨਾਂ ਨੂੰ ਮਰ ਜਾਏਗਾ। ਹਾਲੇਲੂਇਆ, ਕਹਿੰਦਾ ਇੰਨੇ ਦਿਨਾਂ ਨੂੰ ਤੂੰ ਮਰ ਜਾਏਗਾ, ਜਾ ਕੇ ਉਹਨੇ ਸੁਨੇਹਾ ਦਿੱਤਾ। ਅੱਗੋਂ ਹੁਣ ਰੋਣ ਲੱਗ ਪਿਆ, ਰੋਣਾ ਹਾਲੇਲੂਇਆ ਅੱਛੇ ਕਰੈਕਟਰ ਚ ਰਹਿ ਜਾਵੇ ਤਾਂ ਪਰਮੇਸ਼ਵਰ ਸੁਣ ਲੈਂਦਾ। ਜਦੋਂ ਰੋਣ ਲੱਗਿਆ ਹੋ, ਕਹਿੰਦਾ ਪਰਮੇਸ਼ਵਰ ਯਾਦ ਕਰ, ਕਹਿੰਦਾ ਜਿਵੇਂ ਜੋ ਤੇਰੀ ਨਿਗਾਹ ਸੀ ਮੈਂ ਉਹ ਕੀਤਾ, ਮੈਂ ਕਦੇ ਬੁਰਾ ਕੰਮ ਨਹੀਂ ਕੀਤਾ, ਕਦੇ ਕੋਈ ਭੈੜਾ ਕੰਮ ਨਹੀਂ ਕੀਤਾ। ਤੁਰੰਤ ਹੀ ਹਜੇ ਪ੍ਰਾਰਥਨਾ ਕਰ ਰਿਹਾ, ਤੁਰੰਤ ਹੀ ਯਿਸ਼ਾਇਆ ਨੂੰ ਫੇਰ ਕਰ ਲਿਆ, ਕਹਿੰਦਾ ਉਹਨੂੰ ਕਹਿ ਜਾ 15 ਵਰੇ ਹੋਰ ਜੀ। ਕਹਿੰਦਾ 15 ਵਰੇ, ਦੇਖੋ ਜੇ ਉਹ ਪਹਿਲਾਂ ਗਲਤੀ ਗੁਨਾਹ ਕਰਦਾ ਆਇਆ ਹੈ, ਜੇ ਪੁੱਠੇ ਕੰਮ ਕਰਦਾ ਹੁੰਦਾ ਤੇ ਉਹਦੇ ਜਦੋਂ ਪ੍ਰਭੂ ਨੇ ਕਹਿੰਦਾ ਤੂੰ ਮਰ ਜਾਣਾ ਤੇ ਫਿਰ ਪ੍ਰਾਰਥਨਾ ਕਰਦਾ ਕੀ ਸੁਣ ਲੈਂਦਾ ਉਹਦੇ? ਹਾਲੇਲੂਇਆ, ਮੰਨ ਲਓ ਜੇ ਤੁਹਾਨੂੰ ਅੱਜ ਕਿਸੇ ਮੁਸੀਬਤ ਚੋਂ ਆਫਤ ਚੋਂ ਪਰਮੇਸ਼ਰ ਨੇ ਕੱਢ ਲਿਆ, ਅੱਛਾ ਜਿਹੜੀਆਂ ਆਉਣ ਵਾਲੀਆਂ ਮੁਸੀਬਤਾਂ ਉਹਨਾਂ ਚੋਂ ਕੱਢ ਲੇਗਾ? ਹੈ ਅੰਨੇ ਜਾਤੀਆਂ ਤੇ ਇੱਕ ਮੁਸੀਬਤ ਆਉਂਦੀ, ਦੋ ਜੀਤੀ ਜੀਤੀ। ਬਾਈਬਲ ਕਹਿੰਦੀ ਧਰਮੀ ਤੇ ਵੀ ਪਾਪੀ ਤੇ ਵੀ ਮੁਸੀਬਤ ਆਉਣੀ, ਪਰ ਧਰਮੀ ਨਿਕਲ ਜਾਂਦਾ ਪਰ ਪਾਪੀ ਫਸੇ ਰਹਿੰਦਾ। ਅੱਜ ਜੇ ਮੰਨ ਲਓ, ਅੱਜ ਤੁਸੀਂ ਮੰਨ ਲਓ ਕੈਂਸਰ ਤੋਂ ਛੁਟਕਾਰਾ ਪਾ ਲਿਆ, ਮੰਨ ਲਓ ਉਸ ਤੋਂ ਬਾਅਦ ਤੁਸੀਂ ਚਰਚ ਨੂੰ ਹਟ ਗਏ ਜਾਂ ਪ੍ਰਭੂ ਤੋਂ ਦੂਰ ਹੋ ਗਏ ਜਾਂ ਪ੍ਰਭੂ ਦੇ ਨਜ਼ਦੀਕ ਨਾ ਗਏ, ਤੇ ਅਗਲਾ ਮੰਨ ਲਓ ਅੱਗੇ ਜਿਹੜੀ ਮੁਸੀਬਤ ਆਏਗੀ ਕਿ ਪਰਮੇਸ਼ਰ ਕੱਢੇਗਾ? ਨਹੀਂ ਕੱਢੇਗਾ।
ਯਾਦ ਕਰ ਪਰਮੇਸ਼ਰ ਕਿਵੇਂ ਤੇਰੇ ਨਾਲ ਸਹੀ ਚੱਲਦਾ। ਅੱਛਾ ਤੁਸੀਂ ਚੱਲ ਰਹੇ ਸੀ, ਚੱਲ ਰਹੇ ਸੀ ਜੋ ਬਾਈਬਲ ਕਹਿੰਦੀ ਉਹ ਕਰ ਰਹੇ ਆ। ਉਹਨੇ ਯਾਦ ਕਰਾਇਆ, ਕਹਿੰਦਾ ਪਰਮੇਸ਼ਰ ਜੋ ਤੇਰੀ ਨਿਗਾਹ ਚ ਉਵੇਂ ਕੀਤਾ ਮੈਂ। ਉਹਦੇ ਗਹਿਰੇ ਸੰਬੰਧ ਸੀ, ਗੂੜੇ ਸੰਬੰਧ ਸਨ। ਦਿੱਕਤ ਕਿਸੇ ਤੇ ਵੀ ਆ ਸਕਦੀ ਹੈ, ਮੁਸੀਬਤ ਕਿਸੇ ਤੇ ਵੀ ਆ ਸਕਦੀ ਹੈ, ਪਾਪੀ ਤੇ ਵੀ ਆ ਸਕਦੀ, ਧਰਮੀ ਤੇ ਵੀ ਆ ਸਕਦੀ। ਬਾਈਬਲ ਕਹਿੰਦੀ ਧਰਮੀ ਨਿਕਲ ਜਾਂਦਾ। ਮੈਂ ਕਿਹਾ ਤੁਸੀਂ ਨਿਕਲ ਜਾਓਗੇ ਨਾ ਮੁਸੀਬਤਾਂ ਚੋਂ, ਹੁਣ ਆਫਤਾਂ ਚੋਂ ਨਿਕਲ ਜਾਓਗੇ ਯਿਸੂ ਮਸੀਹ ਦੇ ਸਮਰਥੀ ਨਾਮ ਤੇ ਲੱਗੇ। ਅੱਗੇ ਪੜ੍ਹੀਏ ਜੀ, ਪਹਿਲਾ ਸਾਮੁਅਲ 16:7। ਹੁਣ ਦੇਖ, ਜੇ ਤੁਸੀਂ ਉਸੇ ਜ਼ਬੂਰ 119 ਦੀ 64 ਤੇ 65 ਚ ਦੇਖੋ, ਉਹ ਕਹਿੰਦਾ ਤੇਰੀ ਵਿਸਤਾ ਦੇ ਪ੍ਰੇਮੀ ਨੂੰ ਵੱਡਾ ਚਿਹਰਾ, ਉਹਨਾਂ ਨੂੰ ਕੋਈ ਵੀ ਠੋਕਰ ਨਹੀਂ ਲੱਗ ਰਹੀ। ਕੋਈ ਵੀ ਠੋਕਰ, ਬਾਈਬਲ ਕਹਿੰਦੀ ਹੈ, ਬਾਈਬਲ ਕਹਿੰਦੀ ਪੂਰਿਆਂ ਲਈ ਪੂਰਾ ਤੇ ਅੱਧਿਆਂ ਲਈ। ਜੇ ਤੁਸੀਂ ਪੂਰਾ ਬਣ ਕੇ ਚੱਲੋਗੇ ਤਾਂ ਪਰਮੇਸ਼ਰ ਤੁਹਾਨੂੰ ਪੂਰੀ ਆਸ਼ੀਸ਼ ਦੇਗਾ। ਪੂਰਾ ਛੁਟਕਾਰਾ ਯਿਸੂ ਦੇ ਨਾਮ ਚ ਪਾਓ, ਯਿਸੂ ਦੇ ਨਾਮ ਚ। ਮੈਂ ਕਹਿੰਦਾ ਪੂਰਾ ਛੁਟਕਾਰਾ ਤੁਹਾਡਾ ਹਿੱਸਾ ਯਿਸੂ ਦੇ ਨਾਮ ਸਾ। ਪਰ ਯਹੋਵਾ ਨੇ ਸੈਮੂਅਲ ਨੂੰ ਆਖਿਆ, ਉਹਦੇ ਮੂੰਹ ਉੱਤੇ ਅਤੇ ਉਹਦੀ ਖੱਲ ਵੱਲ ਨਾ ਵੇਖ, ਕਿਉਂ ਜੋ ਉਹਨੂੰ ਮੈਂ ਨਹੀਂ ਮੰਨਿਆ, ਕਿਉਂ ਜੋ ਨਹੀਂ ਮੰਨਿਆ। ਯਹੋਵਾ ਮਨੁੱਖ ਵਾਂਗ ਨਹੀਂ ਵੇਖਦਾ, ਮਨੁੱਖ ਦਾ ਬਾਹਰਲਾ ਰੂਪ ਦੇਖਦਾ, ਪਰ ਯਹੋਵਾ ਹਿਰਦੇ ਨੂੰ ਵੇਖਦਾ ਹੈ, ਅੰਦਰ ਨੂੰ ਵੇਖਦਾ ਹੈ। ਇੱਥੇ ਜਦੋਂ ਮਸਾ ਕਰਨਾ ਸੀ ਨਾ, ਕਿਹਨੂੰ? ਦਾਊਦ ਨੂੰ। ਕਿਹਨੂੰ? ਦਾਊਦ ਨੂੰ। ਜਦੋਂ ਮਸਾ ਕਰਨਾ ਸੀ, ਪਰਮੇਸ਼ਰ ਨੇ ਘੱਲਿਆ। ਪੁਰਾਣੇ ਟਾਈਮ ਚ ਤੁਹਾਨੂੰ ਦੱਸਦਾ, ਪੁਰਾਣੇ ਟਾਈਮ ਚ ਜਦੋਂ ਵੀ ਵੱਡੇ ਪੁੱਤ ਨੂੰ ਮਸਾ ਕਰਨਾ ਹੁੰਦਾ ਸੀ, ਵੱਡੇ ਪੁੱਤ ਨੂੰ, ਦਾਊਦ ਦੇ 7 ਭਰਾ ਸੀ, ਪਹਿਲਾ, ਦੂਜਾ, ਤੀਜਾ, ਚੌਥਾ, ਸਾਰੇ ਨਿਕੰਮੇ ਨਿਕਲੇ, ਸਾਰਿਆਂ ਨੂੰ ਪਰਮੇਸ਼ਰ ਕਹਿੰਦਾ ਮੈਂ ਇਹਨਾਂ ਨੂੰ ਨਹੀਂ ਮੰਨਿਆ। ਤੇ ਪਰ ਪੁਰਾਣੇ ਟਾਈਮ ਚ ਵੱਡੇ ਪੁੱਤ ਨੂੰ, ਵੱਡੇ ਪੁੱਤ ਦੇ ਨੇੜੇ ਗਿਆ ਸੈਮੂਅਲ, ਦੂਜੇ ਤੀਜੇ ਸਾਰਿਆਂ ਦੇ ਨੇੜੇ ਗਿਆ, ਸਾਰਿਆਂ ਨੂੰ ਕਹਿੰਦਾ ਇਹਨਾਂ ਨੂੰ ਨਹੀਂ ਚੁਣਿਆ। ਤੇ ਦਾਊਦ ਜੰਗਲ ਚ ਰਹਿੰਦਾ ਸੀ, ਭੇਡਾਂ ਬੱਕਰੀਆਂ ਚਾਰਦਾ ਸੀ। ਤੇ ਮਸਾ ਕਿਉਂ ਕੀਤਾ ਗਿਆ ਹੈ ਦਾਊਦ ਨੂੰ? ਕਿਉਂ ਕੀਤਾ ਗਿਆ? ਉਹ ਕਰੈਕਟਰ ਚ ਸਹੀ ਸੀ, ਖੇਤਾਂ ਚ ਉਹਨੂੰ ਕੋਈ ਦੇਖਦਾ ਨਹੀਂ ਸੀ। ਤੁਹਾਨੂੰ ਵੀ ਕਈ ਵਾਰੀ ਕਿਤੇ ਕੋਈ ਦੇਖਦਾ ਨਹੀਂ ਗਾ ਕਿਤੇ ਵੀ, ਪਰ ਪਰਮੇਸ਼ਰ ਦਿਨ ਰਾਤ ਤੁਹਾਡੇ ਤੇ ਅੱਖਾਂ ਲਾਈ ਬੈਠਾ, ਦਿਨ ਰਾਤ। ਮੈਂ ਇਸ ਭਾਈ ਨੂੰ, ਇਸ ਭੈਣ ਨੂੰ ਮਸਾ ਕਰਾਂ ਤਾਂ ਕਿ ਇਹਦਾ ਘਰ, ਇਹਦਾ ਪਰਿਵਾਰ, ਇਹਦਾ ਬਿਜ਼ਨਸ, ਇਹਦੀ ਹਰ ਇੱਕ ਚੀਜ਼ ਛੁਡਾਈ ਜਾ ਰਹੀ। ਹਾਲੇਲੂਇਆ। ਬਾਈਬਲ ਕਹਿੰਦੀ ਮਸੇ ਦੇ ਕਾਰਨ, ਅਭਿਸ਼ੇਕ ਦੇ ਕਾਰਨ ਤੇਰਾ ਹਰੇਕ ਬੰਧਨ ਜੂਆ ਤੋੜੀ ਨਹੀਂ ਬਲਕਿ ਨਸ਼ਟ ਨਾਸ਼ ਕਰ ਦਿੱਤਾ ਜਾਏ। ਅੱਜ ਜਿਹੜੀਆਂ ਤੁਸੀਂ ਗਵਾਹੀਆਂ ਸੁਣੀਆਂ, ਇਹ ਪ੍ਰਭੂ ਦੇ ਮਸੇ ਨਾਲ, ਮੇਰੀ ਭਗਤੀ ਨਾਲ ਨਹੀਂ ਹੋਇਆ, ਇਹ ਪ੍ਰਭੂ ਦਾ ਮਸਾ ਅਭਿਸ਼ੇਕ ਤੁਹਾਡੇ ਤੇ ਵੀ ਆ ਸਕਦਾ, ਤੁਸੀਂ ਵੀ ਲੈ ਸਕਦੇ। ਮੈਂ ਕਹਿੰਦਾ ਲਓਗੇ ਤੁਸੀਂ ਯਿਸੂ ਮਸੀਹ ਦੇ ਨਾਮ ਤੇ, ਅੱਜ ਤੋਂ ਬਾਅਦ ਅੱਛੇ ਕਰੈਕਟਰ ਚ ਚੱਲੋਗੇ ਯਿਸੂ ਮਸੀਹ ਦੇ ਨਾਮ ਤੇ, ਪਰਮੇਸ਼ਰ ਦੇ ਨਜ਼ਦੀਕ ਜਾਓਗੇ ਯਿਸੂ ਦੇ ਸਮਰਥੀ ਨਾਮ ਤੇ। ਕੀ ਕੀਤਾ ਪਰਮੇਸ਼ਰ? ਕਹਿੰਦਾ ਮੈਂ ਜਿਵੇਂ ਬੰਦਾ ਤਾਂ ਹੁਣ ਆ ਭਾਈ ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਸੋਹਣਾ,
ਕਹਿੰਦਾ ਬੰਦਾ ਤਾਂ ਬਾਹਰੋਂ ਦੇਖਦਾ ਤੇ ਪਰ ਮੈਂ ਅੰਦਰ ਦੇਖਦਾ ਵੀ ਅੰਦਰੋਂ ਕੀ ਚਾਹੀਦਾ। ਤੁਸੀਂ ਲੋਕਾਂ ਨੂੰ ਧੋਖਾ ਦੇ ਸਕਦੇ ਆ, ਕਿਸੇ ਨੂੰ ਵੀ ਹੋਰ ਨੂੰ ਧੋਖਾ ਦੇ ਸਕਦੇ, ਪਰ ਪਰਮੇਸ਼ਰ ਨੂੰ ਨਹੀਂ ਧੋਖਾ ਦੇ ਸਕਦੇ। ਉਹ ਦਿਨ ਰਾਤ ਤੁਹਾਡੇ ਹਿਰਦੇ ਨੂੰ ਦੇਖਦਾ, ਦਿਨ ਰਾਤ ਕੀ ਸੋਚਦੇ, ਕੀ ਬੋਲਦੇ, ਕੀ ਕਰਦੇ। ਨਿੱਕੀ ਨਿੱਕੀ ਜਿਵੇਂ ਤੁਸੀਂ ਆਪਦੇ ਬੱਚਿਆਂ ਦੀ ਗੱਲਾਂ ਨੋਟ ਕਰਦੇ ਨਾ, ਇਵੇਂ ਪਰਮੇਸ਼ਰ ਨੋਟ ਕਰਦਾ ਤੁਹਾਡੀਆਂ ਗੱਲਾਂ। ਹਾਲੇਲੂਇਆ। ਕੀ ਕਰਨਾ? ਪਰਮੇਸ਼ਰ ਨਾਲ ਚੰਗੇ ਸੰਬੰਧ ਰੱਖਣੇ ਤੇ ਹਰੇਕ ਮੁਸੀਬਤ ਤੋਂ, ਹਰੇਕ ਆਫਤ ਤੋਂ ਮੈਂ ਕਿਹਾ ਤੁਸੀਂ ਛੁੱਟ ਜਾਓਗੇ ਯਿਸੂ ਦੇ ਸਾਮਰਥੀ ਨਾਲ। ਮੈਂ ਕਿਹਾ ਹਰੇਕ ਆਫਤ ਤੋਂ, ਹਰੇਕ ਮੁਸੀਬਤ ਤੋਂ ਤੁਸੀਂ ਛੁੱਟ ਜਾਓਗੇ ਯਿਸੂ ਕੇ ਨਾਮ ਸੇ। ਅੱਗੇ ਪੜ੍ਹੀਏ ਜੀ, ਠੀਕ ਆ। ਧਿਆਨ ਰੱਖਣਾ ਇਸੇ ਅੱਗ ਤੇ ਖਾਰੇ। ਮੈਂ ਫਿਰ ਤੋਂ ਕਹਿੰਦਾ ਤੁਹਾਡਾ ਹੱਲ ਨਾ ਤਾਂ ਪੈਸੇ ਆ, ਨਾ ਤਕੜੇ ਲੋਕਾਂ ਨਾਲ ਯਾਰੀ ਆ। ਤੁਹਾਡਾ ਹੱਲ ਮਸਾ ਅਭਿਸ਼ੇਕ ਆ। ਆਉਂਦਾ ਕਿਵੇਂ? ਮੈਂ ਤੁਹਾਨੂੰ ਦੱਸਿਆ ਸੀ ਪਿੱਛੇ, ਅੱਗੇ ਗਵਾਹੀ ਦਿੱਤੀ ਮੈਂ, ਜਦੋਂ ਆਪਾਂ ਡੇ ਨਾਈਟ ਦੀ ਫਾਸਟਿੰਗ 'ਚ ਗਏ, ਦਿਨ ਰਾਤ ਦੇ ਵਕਤ ਪ੍ਰਾਰਥਨਾ 'ਚ ਗਏ, ਤੇ ਪਰਮੇਸ਼ਰ ਨੇ ਮੋਨਾ ਸੀ ਜਦੋਂ ਆਜ਼ਾਦ ਹੋ ਚੁੱਕਾ ਸੀ, ਤੇ ਪਰਮੇਸ਼ਰ ਨੇ ਮੈਨੂੰ ਉਹ ਦਿਖਾਇਆ ਵੀ ਇਹਦਾ ਕਾਰਨ ਕੀ, ਕਿੱਥੋਂ ਤੇਰੇ ਅੰਦਰੋਂ ਚੀਜ਼ ਆਈ ਸੀ। ਦੇਖੋ ਜਿਨ੍ਹਾਂ ਦੇ ਘਰੋਂ ਮੈਂ ਉਹ ਚੀਜ਼ ਖਾਧੀ ਸੀ, ਮੈਨੂੰ ਨੀ ਪਤਾ, ਮੇਰੇ ਤਾਂ ਮਿੱਤਰ ਸੀ, ਗੁੱਡ ਯਾਰ ਸੀ। ਤੇ ਜੇ ਤੁਹਾਡੀਆਂ ਅੰਦਰਲੀਆਂ ਅੱਖਾਂ ਖੁੱਲੀਆਂ ਹੋਣਗੀਆਂ ਨਾ, ਅੰਦਰਲੀਆਂ ਅੱਖਾਂ, ਮੰਨ ਲਓ ਤੁਹਾਨੂੰ ਸਮਝ ਹੋਏਗੀ ਵੀ ਆਹ ਬੰਦਾ ਕਿਸ ਤਰ੍ਹਾਂ ਕਰਦਾ, ਮੈਨੂੰ ਕੀ ਦੇ ਰਿਹਾ, ਕੀ ਦੇ ਰਹੀ ਹੈ। ਕਾਫੀ ਸਮੇਂ ਬਾਅਦ, ਕਾਫੀ ਟਾਈਮ ਬਾਅਦ, ਦੇਖੋ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ, ਬਹੁਤ ਸਾਰੀਆਂ ਦੁਸ਼ਟ ਆਤਮਾ ਤੇ ਪਰਮੇਸ਼ਰ ਨੇ ਮੈਨੂੰ ਜਿੱਤ ਜੈ ਦਿਲਾਈ। ਕਦੋਂ ਹੋਇਆ ਹੈ? ਆਤਮਿਕਤਾ ਜ਼ਿਆਦੇ, ਤੁਸੀਂ ਤੁਹਾਡੀ ਲੜਾਈ ਹੈ ਨਾ ਜਿਹੜੀ ਸਰੀਰ ਨਾਲ ਨਹੀਂ, ਆਤਮਾ, ਉਹ ਦੁਸ਼ਟ ਆਤਮਾ। ਹਾਲੇਲੂਇਆ। ਕੀ ਕਰਨਾ? ਇੱਕ ਵਾਰੀ ਚੰਗਿਆਈ ਲੈਣੀ ਆ, ਇੱਕ ਵਾਰੀ ਛੁਟਕਾਰਾ ਲੈਣਾ ਅਗਲੀਆਂ ਮੁਸੀਬਤਾਂ ਆਫਤਾਂ ਤੋਂ। ਕੌਣ ਛੁਡਾਏਗਾ? ਬਾਈਬਲ ਕਹਿੰਦੀ ਮਰਨ ਤੋੜੀ ਵਫਾਦਾਰ ਰਹਿਣਾ, ਮਰਨ ਤੋੜੀ। ਕਈ ਵਾਰੀ ਕਈਆਂ ਨੂੰ ਦਿਨ ਜਾ ਬਸ ਹੁਣ ਛੁਟਕਾਰਾ ਪਾ ਲਿਆ, ਤੇ ਅੱਗੇ ਅੱਗੇ ਜਿਹੜੀ ਆਉਣ ਵਾਲੀ ਮੁਸੀਬਤ ਉਹਦੇ ਤੋਂ ਕੌਣ ਛੁਡਾਏਗਾ? ਅੱਜ ਤੁਸੀਂ ਉਹਨੂੰ ਪਿੱਠ ਦਿਖਾਤੀ ਆ, ਮੂੰਹ ਨਹੀਂ ਦਿਖਾਇਆ, ਉਹ ਵੀ ਉਸ ਦਿਨ ਪਿੱਠ ਦਿਖਾ ਦੇਗਾ। ਹਾਲੇਲੂਇਆ, ਹਾਲੇਲੂਇਆ। ਕੀ ਕਰਨਾ? ਇੱਕ ਦੂਜੇ ਨੂੰ ਪੈਣ ਪਾਈ ਨੂੰ, ਇੱਕ ਦੂਜੇ ਨੂੰ ਹਿਲਾ ਕੇ ਬੋਲੋ, ਪਰਮੇਸ਼ਰ ਦੇ ਨਜ਼ਦੀਕ ਜਾ। ਦਾਊਦ ਦੀ ਤਰ੍ਹਾਂ, ਦਾਊਦ ਦੀ ਤਰ੍ਹਾਂ, ਅਬਰਾਹਮ ਦੀ ਤਰ੍ਹਾਂ, ਹਨੋਕ ਦੀ ਤਰ੍ਹਾਂ, ਬੋਲ ਕੇ ਹਨੋਕ ਦੀ ਤਰ੍ਹਾਂ, ਬੋਲੀ ਬੋਲੀ ਹਨੋਕ ਦੀ ਤਰ੍ਹਾਂ, ਹਿਲਾ ਕੇ ਹਿਲਾ ਕੇ। ਪੜ੍ਹੀਏ, ਪਰ ਯਹੋਵਾ ਨੇ ਸੈਮੂਅਲ ਨੂੰ ਆਖਿਆ, ਉਹਦੇ ਮੂੰਹ ਉੱਤੇ ਅਤੇ ਉਹਦੇ ਲਮਾਣ ਵੱਲ ਨਾ ਵੇਖ, ਕਿਉਂ ਜੋ ਉਹਨੂੰ ਮੈਂ ਨਹੀਂ ਮੰਨਿਆ। ਯਹੋਵਾ ਜੋ ਮਨੁੱਖ ਵਾਂਗੂ ਨਹੀਂ ਵੇਖਦਾ, ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ, ਪਰ ਯਹੋਵਾ ਹਿਰਦੇ ਨੂੰ ਵੇਖਦਾ ਹੈ। ਹਾਲੇਲੂਇਆ। ਹੁਣ ਦਾਊਦ ਅੱਛੇ ਕਰੈਕਟਰ ਚ ਰਿਹਾ, ਦਾਊਦ ਦਾ ਮਸਾ ਕੀਤਾ ਗਿਆ, ਕਦੇ ਉਹਦੇ ਭਰਾਵਾਂ ਦੇ ਵਿੱਚ ਕੀਤਾ ਗਿਆ। ਤੁਸੀਂ ਆਪਦੇ ਘਰ ਚ ਅੱਛੇ ਕਰੈਕਟਰ ਚ ਚੱਲੋਗੇ, ਪਰਮੇਸ਼ਰ ਤੁਹਾਡਾ ਮਸਾ ਕਰੇਗਾ। ਭਲਾ ਕੋਈ ਕਿੰਨਾ ਤਗੜਾ ਕਿਉਂ ਨਹੀਂ, ਵੱਡਾ ਛੋਟਾ ਕੋਈ ਮਤਲਬ ਨਹੀਂ, ਅੱਛਾ ਕਰੈਕਟਰ, ਅੱਛਾ ਚਰਿੱਤਰ। ਮੈਂ ਤੁਹਾਨੂੰ ਦੱਸਿਆ,
ਲੜਕਾ ਲੜਕੀ ਸੀ, ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਸੀ ਅਖੇ ਵਿਆਹ ਕਦੋਂ ਕਰਾਉਣਾ, ਵਿਆਹ ਇੰਨੇ ਸਾਲਾਂ ਨੂੰ। ਅੱਛਾ ਉਹਨਾਂ ਚਿਰ ਸ਼ੈਤਾਨ ਨੂੰ ਰੋਟੀ ਖਵਾਉਣੀ ਹੈ। ਵੇਖੋ ਸ਼ੈਤਾਨ ਨੂੰ ਕਿਵੇਂ ਮੂਰਖ ਬਣਾ ਰਿਹਾ, ਉਹਨਾਂ ਚਿਰ ਬਰਬਾਦ ਪੜ੍ਹਾਈ ਵੀ ਬੇਕਾਰ, ਸਭ ਕੁਝ ਨਿਕੰਮਾ, ਸਭ ਕੁਝ ਖਰਾਬ। ਕੀ ਕਰਨਾ ਉਹਨਾਂ ਚਿਰ, ਬਸ ਉਹੀ ਅੱਧੀ ਅੱਧੀ ਰਾਤ ਤਾਈਂ ਵੇਖੋ ਉਹੀ ਟਾਈਮ ਪ੍ਰੇਅਰ ਚ ਬਿਤਾਇਆ ਹੋਇਆ। ਤੋ ਗਾੜੋ ਬੰਧਨ ਉਹ ਜੂਏ ਟੁੱਟਣਗੇ। ਮੈਂ ਕਿਹਾ ਟੁੱਟਣੀ ਯਿਸੂ ਦੇ ਨਾਮ ਤੇ, ਸ਼ੈਤਾਨ ਦੇ ਕੰਮ ਤੁਹਾਡੇ ਹਿਰਦੇ ਚੋਂ ਖਤਮ ਹੋ ਜਾਣੇ ਯਿਸੂ ਦੇ ਨਾਮ ਸਰ। ਉਤਪਤੀ 26 ਉਹਦੀ 2 ਐਤ ਲਿਖਿਆ, ਤਾਂ ਯਹੋਵਾ ਨੂੰ ਦਰਸ਼ਨ ਦੇ ਕੇ ਆਖਿਆ, ਮਿਸਰ ਨੂੰ ਨਾ ਪੁੱਤਰੀ, ਪਰ ਉਸ ਦੇਸ਼ ਦੇ ਵਿੱਚ ਵਸੀ ਜਿਹੜਾ ਮੈਂ ਤੈਨੂੰ ਦੱਸਾਂਗਾ। ਤੂੰ ਉਸ ਦੇਸ਼ ਵਿੱਚ ਜਾ ਕੇ ਕੋਈ, ਮੈਂ ਤੇਰੇ ਅੰਗ ਸੰਗ ਹੋਵਾਂਗਾ, ਤੈਨੂੰ ਬਰਕਤ ਦਿਆਂਗਾ, ਕਿਉਂ ਜੋ ਮੈਂ ਤੈਨੂੰ ਔਰ ਤੇਰੀ ਅੰਸ਼ ਨੂੰ ਇਹ ਸਾਰਾ ਦੇਸ਼ ਦਿਆਂਗਾ। ਮੈਂ ਉਸ ਸੰਨ ਜਿਹੜੀ ਮੈਂ ਤੇਰੇ ਪਿਤਾ ਅਬਰਾਹਮ ਨਾਲ ਖਾਧੀ ਸੀ ਪੂਰੀ ਕਰਾਂਗਾ। 2-3 ਵਿੱਚ ਲਿਖੀ ਹੈ ਗੱਲ। ਹੁਣ ਵੇਖੋ ਜਿਹੜੇ ਅੱਛੇ ਕਰੈਕਟਰ ਚ ਚੱਲਦੇ ਆ, ਜੇ ਉਤਲੀ ਅੱਛੀ, ਉਹਨਾਂ ਦੇ ਇੱਥੇ ਕਾਲ ਆ ਗਿਆ ਸੀਗਾ, ਕਾਲ ਪੈ ਗਿਆ ਸੀਗਾ, ਖਤਮ ਸੀ ਸਭ ਕੁਝ। ਤੇ ਤੁਹਾਨੂੰ ਬਹੁਤ ਵਾਰੀ ਦੱਸਿਆ, ਇਸਾਕ ਸ਼ਾਮ ਨੂੰ, ਹਰ ਰੋਜ਼ ਸ਼ਾਮ ਨੂੰ ਜਾ ਕੇ ਵਚਨ ਤੇ ਧਿਆਨ ਕਰਦਾ ਸੀ। ਕੀ ਕਰਦਾ ਸੀ? ਧਿਆਨ ਲਾਉਂਦਾ ਸੀ। ਮਸੀਹ ਕੁੜੀ ਵਿਆਹਣ ਦੇ ਬਾਵਜੂਦ ਵੀ ਉਹ ਕੁੜੀ ਬਾਂਝ ਸੀ, ਮਸੀਹ ਕੁੜੀ ਨੂੰ ਵਿਆਹਣ ਦੇ ਬਾਵਜੂਦ ਵੀ ਉਹ ਬਾਂਝ ਸੀ, ਪਰ ਇਹ ਬੰਦਾ ਵਚਨ ਨਾਲ ਜੁੜਿਆ ਸੀ, ਪਰਮੇਸ਼ਰ ਨਾਲ ਡੇਲੀ ਸ਼ਾਮ ਨੂੰ ਗੱਲਾਂ ਕਰਦਾ ਸੀ। ਪਰਮੇਸ਼ਰ ਤੇਰੇ ਵਚਨ ਚ ਲਿਖਿਆ, ਪਰਮੇਸ਼ਰ ਤੇਰੇ ਵਚਨ ਚ ਲਿਖਿਆ। ਹੁਣ ਦੇਖੋ ਪਰਮੇਸ਼ਰ ਨਾਲ ਜਦੋਂ ਡੇਲੀ ਗੱਲਾਂ ਕਰਦਾ ਸੀ, ਇੱਕ ਦਿਨ ਟਾਈਮ ਆਇਆ ਪਰਮੇਸ਼ਰ ਇਹਦੇ ਨਾਲ ਗੱਲਾਂ ਕਰਨ। ਹੁਣ ਇੱਥੇ ਦੇਖੋ ਹਾਲਾਤ ਬਹੁਤ ਬੁਰੇ ਹੋ ਗਏ ਸੀ, ਬਹੁਤ ਖਰਾਬ ਹੋ ਚੁੱਕੇ ਸੀ, ਤੇ ਪਰਮੇਸ਼ਰ ਨੇ ਦਰਸ਼ਨ ਦੇ ਕੇ ਉਹਨੂੰ ਆਖਿਆ, ਬਈ ਕੇਵਲ ਘਰੇ ਰਹੀ, ਇਸ ਦੇਸ਼ ਚ ਰਹੀ, ਇਸ ਦੇਸ਼ ਚ ਵਸੀ, ਮੈਂ ਤੈਨੂੰ ਬਰਕਤ ਦੇਵਾਂਗਾ, ਜਿਹੜਾ ਮੈਂ ਵਾਅਦਾ ਕੀਤਾ ਉਹ ਮੈਂ ਪੂਰਾ ਕਰਾਂਗਾ। ਮੈਂ ਕਿਹਾ ਤੁਸੀਂ ਵੀ ਆਪਣੇ ਜੀਵਨ ਚ ਵਾਅਦੇ ਨੂੰ ਪੂਰਾ ਕਰੋਗੇ ਯਿਸੂ ਦੇ ਨਾਮ ਚ। ਮੈਂ ਕਿਹਾ ਪਰਮੇਸ਼ਰ ਨੇ ਤੁਹਾਡੇ ਨਾਲ ਬਹੁਤ ਵੱਡੇ ਵਾਅਦੇ ਕੀਤੇ, ਕਹਿੰਦਾ ਤੈਨੂੰ ਸਾਰੀਆਂ ਕੌਮਾਂ ਚ ਸ੍ਰੇਸ਼ਟ ਬਣਾਵਾਂਗਾ, ਉਹ ਵਾਅਦੇ ਪੂਰੇ ਹੋਣ ਯਿਸੂ ਮਸੀਹ ਦੇ ਸਮਰਥੀ ਨਾਮ ਚ। ਦੁਬਾਰਾ ਮੇਰੇ ਲਈ ਫਿਰ ਤੋਂ ਪੜ੍ਹ ਦੇ। ਤਦ ਯਹੋਵਾ ਨੇ ਜਦੋਂ ਹਾਲਾਤ ਖਰਾਬ ਹੋਣ ਲੱਗੇ, ਤਦ ਯਹੋਵਾ ਨੇ ਉਹਨੂੰ ਦਰਸ਼ਨ ਦੇ ਕੇ ਆਖਿਆ, ਮਿਸਰ ਨੂੰ ਨਾ ਉਤਰੀ, ਪਰ ਉਸ ਦੇਸ਼ ਵਿੱਚ ਵਸੀ ਜਿਹੜਾ ਮੈਂ ਤੈਨੂੰ ਦੱਸਾਂਗਾ, ਤੂੰ ਉਸ ਦੇਸ਼ ਵਿੱਚ ਜਾ ਟਿਕੀ, ਮੈਂ ਤੇਰੇ ਅੰਗ ਸੰਗ ਹੋਵਾਂਗਾ ਔਰ ਤੈਨੂੰ ਬਰਕਤ ਦਿਆਂਗਾ, ਕਿਉਂ ਜੋ ਮੈਂ ਤੈਨੂੰ ਔਰ ਤੇਰੀ ਅੰਸ਼ ਨੂੰ ਇਹ ਸਾਰੇ ਦੇਸ਼ ਦਿਆਂਗਾ, ਮੈਂ ਉਸ ਸੌ ਨੂੰ ਜਿਹੜੀ ਮੈਂ ਤੇਰੇ ਪਿਤਾ ਅਬਰਾਹਮ ਨਾਲ ਖਾਧੀ ਸੀ ਪੂਰੀ ਕਰਾਂਗਾ। ਬਸ ਸਮਝ ਆ ਰਹੀ ਆ? ਹੁਣ ਉਸ ਦੇਸ਼ ਚ ਕਾਲ ਪੈ ਗਿਆ ਹੈ। ਨਹੋਮੀ ਨੂੰ ਜਾਣਦੇ ਤੁਸੀਂ? ਪੜ੍ਹਿਆ ਹੋਣਾ ਰੂਥ ਦੀ ਕਿਤਾਬ ਚ। ਉਹਨੇ ਮੂੰਹ ਚੱਕਿਆ, ਪ੍ਰਭੂ ਨਾਲ ਕੋਈ ਗੱਲ ਨਹੀਂ ਕੀਤੀ, ਕਿਉਂਕਿ ਉਹਦਾ ਰਿਸ਼ਤਾ ਹੈ ਨਹੀਂ ਸੀ ਪ੍ਰਭੂ, ਨਾ ਉਹਦੇ ਪਤੀ ਦਾ, ਨਾ ਉਹਦੇ ਬੱਚਿਆਂ ਦਾ, ਕਿਉਂਕਿ ਤਾਂ ਤੁਹਾਨੂੰ ਆਖਿਆ ਤੁਹਾਡੇ ਬੱਚੇ ਆਤਮਿਕ ਹੋਣੇ ਚਾਹੀਦੇ। ਪ੍ਰਭੂ ਤੋਂ ਪੁੱਛਿਆ ਹੀ ਨਹੀਂ, ਜਾਨ ਬਚਾਉਣ ਲਈ ਹੋਰ ਦੇਸ਼ ਚ ਚਲੇ ਗਏ, ਉੱਥੇ ਸਭ ਕੁਝ ਗਵਾ ਤਾ, ਦੋਵੇਂ ਪੁੱਤ ਪਤੀ ਸਭ ਕੁਝ ਗਵਾ ਕੇ ਆ ਗਿਆ। ਦੇਖੋ ਜੇ ਉਹਦੀਆਂ ਵੀ ਆਤਮਿਕ ਅੱਖਾਂ ਖੁੱਲੀਆਂ ਹੁੰਦੀਆਂ ਤਾਂ ਪਰਮੇਸ਼ਰ ਉਸੇ ਦੇਸ਼ ਚ ਸਾਰੇ ਦੇਸ਼ ਨੂੰ ਖਵਾ ਸਕਦਾ ਸੀ। ਅੱਛਾ ਨਿਓਮੀ ਨੂੰ ਨੀ ਬਚਾ ਸਕਦਾ, ਉਹਦੇ ਪਤੀ ਨੂੰ, ਬੱਚਿਆਂ ਨੂੰ ਨੀ ਬਚਾ ਸਕਦਾ ਸੀ? ਕਈ ਵਾਰੀ ਲੋਕ ਇਹੀ ਰੀਝ ਨੇ, ਇਹੀ ਕਾਰਨ, ਜਦੋਂ ਅੰਦਰਲੀ ਅੱਖਾਂ ਬੰਦ ਹੁੰਦੀਆਂ ਡਿਸੀਜਨ ਫੈਸਲਾ ਗਲਤ ਲੈ ਲੈਂਦੇ,
ਫਿਰ ਠੋਕਰ ਲੱਗਦੀ ਹੈ। ਜੇ ਤੁਸੀਂ ਉਸੇ ਰੂਹ ਦੀ ਕਿਤਾਬ ਚ ਪੜੋ ਤਾਂ ਕਹਿੰਦੀ ਯਹੋਵਾ ਨੇ ਮੇਰੇ ਨਾਲ ਵੈਰ ਕੀਤਾ। ਗਲਤੀ ਇਨਸਾਨ ਕਰਦਾ, ਪੁੱਠੇ ਕੰਮ ਇਨਸਾਨ ਕਰਦਾ, ਫਿਰ ਕਹਿ ਦਿੰਦਾ ਤੂੰ ਮਸੀਹ ਨੂੰ ਮੰਨਦੀ, ਤੂੰ ਮਸੀਹ ਨੂੰ ਮੰਨਦਾ, ਇਹ ਕੀ ਹੋ ਗਿਆ ਤੇਰੇ ਨਾਲ? ਹਾਲੇਲੂਯਾ। ਮੈਂ ਕਿਹਾ ਅੱਛੇ ਡਿਸੀਜਨ ਲਉਂਗੇ ਅੱਜ ਤੋਂ ਤੁਸੀਂ ਯਿਸੂ ਦੇ ਨਾਮ ਸਾਹਿਬ। ਵਚਨ ਚ ਗੱਲ ਕਰਦਾ, ਕਾਹਦੇ ਚੋ? ਵਚਨ ਚੋ। ਉਹ ਹਿਰਦੇ ਨੂੰ ਛੂ ਜਾਂਦਾ। ਹੁਣ ਨੋਟ ਕਰ ਲਓ, ਉਹਦੇ ਤੇ ਮਨਨ ਕਰੋ। ਪਤਾ ਨੀ ਲੱਗਦਾ ਕੀ ਕਰੀਏ ਕੀ। ਮੈਂ ਤੁਹਾਨੂੰ ਦੱਸਿਆ, ਮੇਰਾ ਯਾਰ ਦੋਸਤ ਆ ਕੋਈ, ਬਾਈਬਲ ਸਟੱਡੀ ਕਰ, ਕਹਿੰਦਾ ਸਮਝ ਨਹੀਂ ਆਉਂਦੀ ਕੀ ਕਰਨ, ਕਹਿੰਦਾ ਜੀ ਕਰਦਾ ਆ ਕਰਨਾ, ਜੀ ਕਰਦਾ ਕਰਦਾ। ਇੱਕ ਭੈਣ ਆਪਣੇ ਚਰਚ ਜੋਤੀ ਹੈ, ਠੀਕ ਹੈ। ਉਹਨਾਂ ਨੂੰ ਮੈਂ ਜਿਸ ਦਿਨ ਪਹਿਲੇ ਦਿਨ ਮੀਟਿੰਗ ਕੀਤੀ, ਉਹ ਬਹੁਤ ਖੇਲਦੀਆਂ ਸੀ, ਕੰਧਾਂ 'ਚ ਟੱਕਰਾਂ ਮਾਰਦੇ, ਬਹੁਤ ਤਗੜੀ ਪ੍ਰੋਬਲਮ ਸੁਣ। ਜਦੋਂ ਨਿਕਲੇ ਕਹਿੰਦੇ ਸਾਨੂੰ ਫਲਾਣੇ ਥਾਂ ਕੰਮ ਮਿਲਦਾ, ਢਿਉਂਕੇ ਥਾਂ ਕੰਮ। ਮੈਂ ਕਿਹਾ ਪੁੱਤ ਕੰਮ ਜਿੰਨਾ ਮਰਜ਼ੀ ਮਿਲੀ ਹੈ, ਜਦ ਤੱਕ ਤੂੰ ਆਤਮਾ 'ਚ ਨਹੀਂ ਨਾ, ਆਤਮਾ 'ਚ ਨਹੀਂ ਵੱਧਦੀ, ਸਟਰੋਂਗ ਮਜ਼ਬੂਤ ਨਹੀਂ ਹੁੰਦੀ, ਤਦ ਤੱਕ ਕੰਮ ਕਿਸੇ ਕੰਮ ਦੇ ਨਹੀਂ। ਆਤਮਾ 'ਚ ਅੱਜ ਵੀ ਹੁਣ ਠੀਕ ਹੈ। ਉਹ ਮੇਰੇ ਆਤਮਿਕ ਪਿਤਾ ਦੇ ਚਰਚ ਜਾਣ ਲੱਗ ਪਏ, ਉਹਨਾਂ ਦੀ ਮਰਜ਼ੀ। ਕਈਆਂ ਨੂੰ ਇੰਝ ਲੱਗਦਾ ਉੱਥੇ ਜਾ ਕੇ ਛੇਤੀ ਹੋ ਜੂਗੀ। ਪਰਮੇਸ਼ਰ ਬਣਾਏਗਾ ਪਹਿਲਾਂ ਜਿੱਥੇ ਮਰਜ਼ੀ ਜਾਵੇਗਾ, ਬਣਾਏਗਾ, ਤਿਆਰ ਕਰੇਗਾ, ਆਪਣੇ ਨਾਲ ਜੋੜੇਗਾ। ਦੇਖੋ ਅਬਰਾਹਮ ਨੂੰ ਕਿੰਨਾ ਜੋੜ ਲਿਆ, ਪਰਮੇਸ਼ਰ ਨੇ ਪੁੱਤ ਮੰਗੇ 25 ਸਾਲਾਂ ਬਾਅਦ ਦੇਖ ਕੇ, ਕਹਿੰਦਾ ਪੁੱਤ ਮੰਗੇ ਦੇ ਤੇ, ਕਹਿੰਦਾ ਲੈ। ਤੇ ਜੇ ਤੁਸੀਂ ਵਿਸ਼ਵਾਸ 'ਚ ਕੱਚੇ ਆ, ਜੇ ਪਰਮੇਸ਼ਰ ਕੁਛ ਮੰਗੇਗਾ ਨਾ ਤਾਂ ਤੁਸੀਂ ਦੇ ਨਹੀਂ ਪਾਓਗੇ। ਪਰਮੇਸ਼ਰ ਪਹਿਲਾਂ ਤਿਆਰ ਕਰੇਗਾ, ਮਜ਼ਬੂਤ ਕਰੇਗਾ। ਇਸੇ ਕਰਕੇ ਤੁਹਾਨੂੰ ਆਖਿਆ ਪਰਮੇਸ਼ਰ ਦੇ ਹੋਰ ਨੇੜੇ ਜਾਓ, ਪ੍ਰਾਰਥਨਾ 'ਚ ਹੋਰ ਵਧੋ, ਸਮਰ 'ਚ ਹੋਰ ਵਧੋ, ਮਸੇ 'ਚ ਹੋਰ ਵਧੋ, ਫਾਸਟਿੰਗ 'ਚ, ਪ੍ਰਾਰਥਨਾ 'ਚ ਮੰਗੋ ਹਰ ਰੋਜ਼। ਪ੍ਰਭੂ ਮੇਰੇ ਅੱਖਾਂ ਖੋਲ ਦੇ, ਜਿਸ ਤੱਕ ਸੈਮੂਅਲ ਨੇ ਤੇਰੀ ਆਵਾਜ਼ ਸੁਣੀ, ਦਾਊਦ ਨੇ ਸੁਣੀ, ਮੈਂ ਵੀ ਤੇਰੀ ਆਵਾਜ਼ ਸੁਣਨਾ ਚਾਹੁੰਦੀ। ਹਰ ਰੋਜ਼ ਤੁਹਾਡੇ ਅੰਦਰ ਭੁੱਖ ਹੋਣੀ ਚਾਹੀਦੀ, ਪਿਆਸ ਹੋਣੀ ਚਾਹੀਦੀ। ਮੇਰੇ ਅੰਦਰ ਭੁੱਖ ਸੀ, ਪ੍ਰਭੂ ਮੈਂ ਤੇਰੀ ਆਵਾਜ਼ ਨੂੰ ਸੁਣਨਾ ਚਾਹੁੰਦਾ, ਸੁਣਨਾ ਚਾਹੁੰਦਾ। ਇੱਕ ਟਾਈਮ ਆਇਆ, ਇੱਕ ਸਮਾਂ ਆਇਆ, ਹੁਣ ਪ੍ਰਭੂ ਦੀ ਆਵਾਜ਼ ਸਮਝ ਸਕਦੇ ਹਾਂ, ਸੁਣ ਸਕਦੇ ਹਾਂ। ਹਾਲੇਲੂਯਾ। ਕਈ ਵਾਰੀ ਤੁਹਾਨੂੰ ਇੰਝ ਲੱਗਦਾ ਹੁੰਦਾ ਤੁਸੀਂ ਆਉਣੇ ਤਾਂ ਕਿਸੇ ਹੋਰ ਕੰਮ ਵਾਸਤੇ, ਹੋਰ ਕੰਮ ਬਣੀ ਜਾਂਦੇ, ਪਰ ਉਹ ਕੰਮ ਖੜ ਜਾਂਦਾ। ਪਤਾ ਕਿਉਂ ਖੜਦਾ? ਕਈ ਵਾਰੀ ਉਹਦੇ ਵਾਸਤੇ ਸੰਪੂਰਨਤਾ ਹੀ ਚਾਹੀਦੀ ਹੁੰਦੀ। ਪਰਮੇਸ਼ਰ ਕਹਿੰਦਾ ਸੰਪੂਰਨ ਬਣ ਜਿਵੇਂ ਤੇਰਾ ਸਵਰਗੀ ਪਿਤਾ, ਪੂਰਾ ਬਣ। ਕਹਿੰਦਾ ਮੈਂ ਪੂਰੇ ਲਈ ਪੂਰਾ ਤੇ ਅੱਧਿਆਂ ਲਈ। ਜੇ ਤੁਹਾਨੂੰ ਪੂਰਾ ਛੁਟਕਾਰਾ, ਪੂਰਾ ਘਰ ਦਾ, ਪਰਿਵਾਰ ਦਾ, ਬਿਜ਼ਨਸ ਦਾ, ਹਰ ਪਾਸੇ ਸਰੀਰ ਦਾ, ਆਤਮਾ ਦਾ ਪੂਰਾ ਛੁਟਕਾਰਾ ਚਾਹੀਦਾ ਤਾਂ ਤੁਹਾਨੂੰ ਪੂਰੇ ਬਣ ਕੇ ਚੱਲਣਾ ਪਏਗਾ, ਪਰਮੇਸ਼ਰ ਦੇ ਬਹੁਤ ਨੇੜੇ ਰਹਿਣਾ ਪਏਗਾ, ਬਹੁਤ ਜ਼ਿਆਦਾ, ਬਹੁਤ ਕਲੋਜ਼। ਹਾਲੇਲੂਯਾ। ਕੀ ਆਖਿਆ? ਕਹਿੰਦਾ ਮੈਂ ਤੈਨੂੰ ਬਰਕਤ ਦੇਵਾਂ ਦੇਵਾਂ। ਇਸਾਕ ਨੇ ਉਹਦੀ ਆਵਾਜ਼ ਸੁਣੀ, ਦਾਊਦ ਨੇ ਉਹਦੀ ਆਵਾਜ਼ ਸੁਣੀ, ਕਹਿੰਦਾ ਪ੍ਰਭੂ ਆਹ ਕੰਮ ਕਰਾਂ ਜਾਂ ਨਾ ਕਰਾਂ? ਜੇ ਇਸਾਕ ਫਿਰ ਤੋਂ ਮਿਸਰ 'ਚ ਚਲਾ ਜਾਂਦਾ, ਫਿਰ ਪੁਰਾਣੀ ਜ਼ਿੰਦਗੀ 'ਚ ਚਲਾ ਜਾਂਦਾ, ਉਹਨੂੰ ਕੋਈ ਬਰਕਤ, ਕੋਈ ਆਸ਼ੀਸ਼ ਨਹੀਂ ਮਿਲਣੀ ਸੀ। ਉਹ ਕਹਿੰਦਾ ਮੈਂ ਤੇਰੇ ਪਿਤਾ ਨਾਲ ਵਾਅਦਾ ਕੀਤਾ, ਉਹਨੂੰ ਪੂਰਾ ਵੀ ਕਰਾਂਗੇ। ਪਰਮੇਸ਼ਰ ਨੇ ਆਖਿਆ ਜਿਹੜੇ ਅਬਰਾਮ ਜਿਹੀ ਨੇਚਰ ਰੱਖਦੇ ਨਾ, ਅਬਰਾਮ ਜਿਹੀ ਨੇਚਰ ਰੱਖਦੇ, ਉਸ ਬਰਕਤ ਦੇ ਆਸ਼ੇ ਦੇ ਅਧਿਕਾਰੀ ਵੀ ਹੈ। ਮੈਂ ਕਹੋ ਬਰਕਤ ਤੁਸੀਂ ਪਾਓਗੇ ਯਿਸੂ ਦੇ ਨਾਮ ਤੇ, ਮੈਂ ਕਹੋ ਛੁਟਕਾਰਾ ਪਾਓਗੇ ਯਿਸੂ ਦੇ ਨਾਮ ਤੇ। ਜਿਸ ਤੱਕ ਅਬਰਾਮ ਨੇ, ਇਸਾਕ ਨੇ ਛੁਟਕਾਰਾ ਪਾਇਆ, ਮੈਂ ਕਹੋ ਤੁਸੀਂ ਪਾਓਗੇ ਯਿਸੂ ਦੇ ਸਮਰਥੀ ਨਾਮ ਤੇ। ਅਬਰਾਮ ਨੇ ਆਵਾਜ਼ ਸੁਣੀ, ਇਸਾਕ ਨੇ ਆਵਾਜ਼ ਸੁਣੀ,
ਪਰਮੇਸ਼ਰ ਦੀ ਆਵਾਜ਼ ਸੁਣਨਾ ਬਹੁਤ ਜ਼ਰੂਰੀ ਹੈ। ਕਦ ਹੋਏਗਾ? ਬਾਈਬਲ ਕਹਿੰਦੀ ਉਹਨਾਂ ਚੋਂ ਨਿਕਲੋ, ਸੰਸਾਰ ਚ ਰਹਿ ਕੇ ਸੰਸਾਰ ਚ ਧੁੱਸ ਕੇ ਤੁਸੀਂ ਪਰਮੇਸ਼ਰ ਦੀ ਆਵਾਜ਼ ਨਹੀਂ ਸੁਣ ਸਕਦੇ। ਹਾਲੇਲੂਯਾ। ਅੱਗੇ ਅਗਲੀ ਆਇਤ ਪੜ੍ਹ ਦੀਜੀ ਜੀ, 12, 13, 14, 26, 26 ਮਰ ਰਹੇ ਸੀਗੇ ਬਾਰਿਸ਼ ਅੱਗੇ, ਬਾਰਿਸ਼ ਤੇ ਸਭ ਕੁਝ ਡਿਪੈਂਡ ਸੀਗਾ। ਪੁਰਾਣੇ ਟਾਈਮ ਚ ਬਾਰਿਸ਼ ਪੈਂਦੀ ਸੀ ਤਾਂ ਫਸਲ ਹੁੰਦੀ ਸੀ, ਆਉਣ ਲੱਗ ਗਈ ਕਾਲ ਪੈ ਗਿਆ, ਠੀਕ ਹੈ, ਕੋਈ ਕਿਤੇ ਕੋਈ ਫਸਲ ਨਹੀਂ ਸੀ, ਸਭ ਬੋਲਦੇ ਸੀ ਤੇ ਪਾਣੀ ਨਾਲ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਸੀ। ਤਾਂ ਪਰਮੇਸ਼ਰ ਕਹਿੰਦਾ ਇਸੇ ਦੇਸ਼ ਚ ਟਿਕੀ, ਪਰਮੇਸ਼ਰ ਨੇ ਗੱਲ ਕੀਤੀ। ਫਿਰ ਮੈਂ ਤੁਹਾਨੂੰ ਕਹਿੰਦਾ ਬੁਰੇ ਬੰਦੇ ਨਾਲ ਪਰਮੇਸ਼ਰ ਗੱਲ ਨਹੀਂ ਕਰਦਾ, ਅੱਗੋਂ ਦੀ ਗਵਾਹੀ ਨਹੀਂ ਕਰਦਾ। ਇਸੇ ਕਰਕੇ ਦਾਊਦ ਨੇ ਆਖਿਆ, ਕਹਿੰਦਾ ਅੱਗਾ ਪਵਿੱਤਰ ਆਤਮਾ ਮੈਥੋਂ ਨਾਲ ਹੈ। ਉਹਨੂੰ ਪਤਾ ਸੀ ਜੇ ਗੱਲਬਾਤ ਬੰਦ ਹੋ ਗਈ ਨਾ, ਦੇਖੋ ਜੇ ਸ਼ੌਲ ਵੀ ਅੱਗੇ ਜਾ ਕੇ, ਜਦੋਂ ਸ਼ੌਲ ਨੇ ਪਰਮੇਸ਼ਰ ਨੂੰ ਛੱਡ ਦਿੱਤਾ ਤੇ ਸ਼ੌਲ ਵੀ ਪੁੱਛਣ ਲੱਗਾ, ਪਰਮੇਸ਼ਰ ਨੇ ਉਹਨੂੰ ਕੋਈ ਉੱਤਰ ਨਹੀਂ ਦਿੱਤਾ। ਜੇ ਵਚਨ ਪੜਿਆ ਤਾਂ ਕੋਈ ਵੀ ਉੱਤਰ ਨਹੀਂ ਦਿੱਤਾ, ਤੇ ਫਿਰ ਉਹ ਕਿੱਥੇ ਜਾ ਵੜਿਆ? ਸਿਆਣਿਆਂ ਕੋਲੇ ਪੁੱਛਣ ਜਾ ਵੜਿਆ। ਸਿਆਣੇ ਨੇ ਦੱਸਿਆ, ਠੀਕ ਹੈ, ਸਿਆਣੇ ਨੇ ਕੋਈ ਰਾਹ ਨਹੀਂ ਪਾਇਆ। ਖੀਰੀ ਪੁੱਤ ਸਾਰਾ ਟੱਬਰ ਇੱਕੇ ਦਿਨ ਮਾਰਿਆ। ਪੜਿਆ ਨਾ ਸ਼ੌਲ ਬਾਰੇ, ਉਹਨੇ ਪਰਮੇਸ਼ਰ ਨੂੰ ਤਿਆਗ ਦਿੱਤਾ, ਉਹਨੇ ਆਗਿਆ ਤੋੜ ਦਿੱਤੀ, ਜਿਸ ਤੱਕ ਆਦਮ ਤੇ ਹਵਾ ਨੇ ਕਿੱਡਾ ਕੁ ਵੱਡਾ ਫਲ ਖਾ ਲਿਆ। ਪਰ ਹੁਕਮ ਕੋਈ ਨਹੀਂ, ਜੇ ਤੁਸੀਂ ਮੰਨ ਲਓ, ਛੋਟੇ ਜਿਹੇ ਮੰਨ ਲਓ, ਜੇ ਬਾਈਬਲ ਕਹਿੰਦੀ ਚੁਗਲੀ ਨਹੀਂ ਕਰਨੀ, ਜੇ ਤੁਸੀਂ ਕਰ ਲਈ ਆਗਿਆ ਤੋੜ ਦਿੱਤੀ, ਪਾਪ ਕਰ ਲਿਆ, ਜੇ ਤੁਸੀਂ ਪ੍ਰਾਰਥਨਾ ਨਹੀਂ ਕਰਦੇ, ਆਗਿਆ ਤੋੜ ਦਿੱਤੀ, ਪਾਪ ਕਰ ਲਿਆ, ਇਹਨੂੰ ਪਾਪ ਕਹਿੰਦੇ। ਕੋਈ ਨਹੀਂ, ਤੁਹਾਨੂੰ ਤੁਸੀਂ ਵਚਨ ਸੁਣਦੇ ਰਹਿੰਦੇ। ਹਾਲੇਲੂਯਾ। ਜੇ ਤੁਸੀਂ ਪਹਿਲਾ ਰਾਜਾ ਉਹਦੇ ਚ ਪੜ੍ਹੋ ਨਾ ਤੁਸੀਂ, ਠੀਕ ਹੈ, ਇੱਕ ਸੁਨੰਮੀ ਔਰਤ ਸੀ, ਪੜ੍ਹਿਆ ਉਹਦੇ ਬਾਰੇ, ਸੁਨੰਮੀ ਔਰਤ। ਉਹਨੇ ਕੀ ਕੀਤਾ? ਅਲੀਸ਼ਾ ਦੀ ਗੱਲ ਸੁਣੀ, ਕਹਿੰਦਾ 7.5 ਸਾਲ ਕਾਲ ਪਏਗਾ, ਆਪਣਾ ਸਭ ਕੁਝ ਚੱਕ ਕੇ ਉੱਥੇ ਲੈ ਜਾ। ਉਹ ਲੈ ਗਈ, ਸਾਰਾ ਪਰਿਵਾਰ ਲੈ ਗਈ। 7 ਸਾਲਾਂ ਬਾਅਦ ਫਿਰ ਆ ਗਈ, 7 ਸਾਲਾਂ ਬਾਅਦ ਵੇਖੋ, 7 ਸਾਲਾਂ ਦੀ ਫਸਲ ਸਮੇਤ ਸਾਰਾ ਕੁਛ ਪਰਮੇਸ਼ਰ ਨੇ ਉਹਨੂੰ ਵਾਪਸ ਦੇ ਦਿੱਤਾ, ਸਾਰਾ ਕੁਛ ਜਿੰਨੀ ਉਹਨੇ 19 ਸਾਲਾਂ ਚ ਫਸਲ ਹੋਣੀ ਸੀ। ਤੇ ਪਰਮੇਸ਼ਰ ਦੇ ਦਾਸ ਦੀ ਗੱਲ ਸੁਣੀ, ਤਾਂ ਹੀ ਤੁਹਾਨੂੰ ਪਰਮੇਸ਼ਰ ਦੇ ਦਾਸ ਦੇ ਬਹੁਤ ਨਜ਼ਦੀਕ ਬਹੁਤ ਗੱਲਾਂ, ਜਦ ਵੀ ਪਰਮੇਸ਼ਰ ਗੱਲ ਕਰਦਾ ਨਾ, ਵੇਖੋ ਏਲੀ ਜਾਜਕ ਦੇ ਜ਼ਬਾਨ ਨੂੰ ਲਿਆ ਪਰਮੇਸ਼ਰ ਨੇ, ਕਿਹਦੇ ਨਾਲ ਗੱਲ ਕਰਨਾ ਸੀ? ਹੈ ਸੈਮੂਅਲ ਨਾਲ ਗੱਲ ਕਰਨਾ ਸੀ, ਤੇ ਹੋਰ ਬਾਅਦ ਚ ਵੀ ਪਰਮੇਸ਼ਰ ਗੱਲ, ਜਦ ਵੀ ਤੁਹਾਡੇ ਨਾਲ ਗੱਲ ਕਰੂਗਾ, ਤੁਹਾਡੇ ਕੇਸ ਪ੍ਰਤੀ ਗੱਲ ਕਰੇਗਾ, ਉਹ ਪਰਮੇਸ਼ਰ ਆਪਣੇ ਦਾਸ ਦੀ ਜ਼ਬਾਨ ਨੂੰ ਯੂਜ ਕਰੇਗਾ। ਦੇਖੋ ਭੈਣ, ਕਹਿੰਦੀ ਕਾਰਡ ਨਹੀਂ ਬਣਦਾ ਸੀ, ਪਾਸਟਰ ਨੇ ਨਹੀਂ ਕਹਿ ਦਿੱਤਾ, ਕਾਰਡ ਬਣ ਗਿਆ। 17 ਸਾਲਾਂ ਤੋਂ ਟਰਾਈ ਕਰ ਰਹੇ ਸੀ, ਨਹੀਂ ਬਣਿਆ। ਇਹ ਜਾ ਕੀ ਉਹ ਪਰਮੇਸ਼ਰ ਨੇ ਆਖਿਆ ਸੀ? ਪਰਮੇਸ਼ਰ ਦੀ ਆਗਿਆ ਮੰਨ ਲਈ, ਉਹ ਕਹਿੰਦੀ ਲੈ ਅੱਗੇ ਇੰਨੀ ਵਾਰੀ ਟਰਾਈ ਕੀਤਾ, ਹੁਣ ਇਹ ਜਾ ਕੀ ਪਾਸਟਰ ਨੇ ਕਹਿ ਦਿੱਤਾ, ਪਰ ਆਗਿਆ ਮੰਨੀ ਤੋ ਕੰਮ। ਜਦੋਂ ਮੈਂ ਤੁਹਾਡੇ ਛੁਟਕਾਰੇ ਲਈ, ਛੁਟਕਾਰੇ ਲਈ ਜਦੋਂ ਵੀ ਪਰਮੇਸ਼ਰ ਆਪਣੇ ਦਾਸ ਦੀ ਜ਼ਬਾਨ ਨੂੰ ਯੂਜ ਕਰੇਗਾ। ਅੱਜ ਵੀ ਮੈਂ ਤੈਨੂੰ ਕਹਿੰਦਾ, ਪਰਮੇਸ਼ਰ ਦੇ ਨੇੜੇ ਜਾਓ, ਹੋਰ ਨੇੜੇ। ਪ੍ਰਭੂ ਜੀ, ਮੈਂ ਤੇਰੇ ਹੋਰ ਨੇੜੇ ਜਾਣਾ ਚਾਹੁੰਦੀ, ਹੋਰ ਨੇੜੇ ਜਾਣਾ ਚਾਹੁੰਦਾ। ਜਿਹੜੀ ਬਰਕਤ ਲੋਕਾਂ ਨੇ 20-20 ਸਾਲਾਂ ਚ ਪਾਈ, ਤੁਸੀਂ 1 ਸਾਲ ਚ ਪਾ ਸਕਦੇ। ਮੈਂ ਕਹਾਂ ਪਾਉਂਗੇ ਤੁਸੀਂ ਯਿਸੂ ਦੇ ਸਾਹਮਣੇ ਨਾਲ, ਮੈਂ ਕਹਾਂ ਛੁਟਕਾਰਾ, ਮੈਂ ਕਹਾਂ ਜਲਦ ਤੁਹਾਡੇ ਨਜ਼ਦੀਕ ਯਿਸੂ ਦੇ ਸਾਹਮਣੇ ਨਾਲ।
ਪੜ੍ਹੀਏ ਜੀ ਦੁਬਾਰਾ ਮੇਰੇ ਲਈ ਬਾਰਾਂ ਇਸਹਾਕ ਉਸ ਧਰਤੀ ਵਿੱਚ ਵੀ ਬੀਜਿਆ ਹਰ ਉਸੇ ਸਾਲ 100 ਗੁਣਾ ਪ੍ਰਾਪਤ ਕੀਤਾ ਅਤੇ ਯਹੋਵਾ ਉਸ ਨੂੰ ਬਰਕਤ ਦਿੱਤੀ ਸੋ ਉਹ ਮਨੁੱਖ ਵੱਧ ਗਿਆ ਹਰ ਵੱਧਦਾ ਚਲਾ ਗਿਆ ਹਰ ਅੰਤ ਵੱਡਾ ਹੋ ਗਿਆ ਕਿ ਹੁਣ ਦੇਖੋ ਪਰਮੇਸ਼ਰ ਨੇ ਜੇ ਪਰਮੇਸ਼ਰ ਦੀ ਆਵਾਜ਼ ਸੁਣੋਗੇ ਤਾਂ ਥੋੜੇ ਕੰਮ ਚ ਵੀ ਜਿੱਥੇ ਕਾਲ ਲੋਕ ਭੁੱਖੇ ਮਰ ਸਕਦੇ ਆ ਮੈਂ ਕਿਹਾ ਤੁਸੀਂ ਕਦੇ ਵੀ ਨਹੀਂ ਮਰੋਗੇ ਭੁੱਖੇ ਮੈਂ ਕਿਹਾ ਤੁਹਾਡੇ ਬਿਜ਼ਨਸ ਕਦੇ ਵੀ ਨਹੀਂ ਫੇਲ ਹੋਣਗੇ ਤੁਹਾਡੇ ਬੱਚੇ ਕਦੇ ਵੀ ਨਹੀਂ ਫੇਲ ਹੋਣਗੇ ਤੁਹਾਡੇ ਕਾਰੋਬਾਰ ਕਦੇ ਵੀ ਨਹੀਂ ਫੇਲ ਹੋਣਗੇ ਤੁਹਾਡੇ ਬੱਚੇ ਕਦੇ ਵੀ ਡਿਪਰੈਸ਼ਨ ਚ ਨਹੀਂ ਜਾਣਗੇ ਉਹ ਕਦੇ ਗਲਤ ਕੰਮਾਂ ਚ ਨਹੀਂ ਜਾਣਗੇ ਯਿਸੂ ਮਸੀਹ ਦੇ ਨਾਮ ਕਦੇ ਨਸ਼ੇ ਚ ਨਹੀਂ ਜਾਣਗੇ ਉਹ ਦਾਊਦ ਦੀ ਤਰ੍ਹਾਂ ਯੂਸਫ ਦੀ ਤਰ੍ਹਾਂ ਉੱਚੇ ਕੀਤੇ ਜਾਣਗੇ ਯਿਸੂ ਮਸੀਹ ਦੇ ਸਮਰਥੀ ਨਾਮ ਚ ਮੈਂ ਕਿਹਾ ਉੱਚੇ ਕੀਤੇ ਜਾਣਗੇ ਯਿਸੂ ਦੇ ਸਮਰਥੀ ਨਾਮ ਚ ਅਗਲੀ ਅੱਧ ਪੜ੍ਹ ਦੀਜੀ 14 ਤਾਂ ਭੇਡਾਂ ਬੱਕਰੀਆਂ ਹਰ ਗਾਈਆਂ ਬਲਦਾਂ ਹਰ ਬਹੁਤ ਸਾਰੇ ਟੈਲੂਆਂ ਦਾ ਮਾਲਕ ਹੋ ਗਿਆ ਅਤੇ ਫਲਿਸਤੀ ਉਸ ਤੋਂ ਸੜਨ ਲੱਗੇ ਬਸ ਕੀ ਪਰਮੇਸ਼ਰ ਦੀ ਆਵਾਜ਼ ਸੁਣ ਨਾਲ ਕੀ ਹੋ ਗਿਆ ਉਹ ਗਰੀਬ ਹੋ ਗਿਆ ਪਰਮੇਸ਼ਰ ਦੇ ਨੇੜੇ ਰਹਿਣ ਨਾਲ ਕੀ ਹੋ ਗਿਆ ਦੇਖੋ ਕਿੰਨਾ ਅਮੀਰ ਹੋ ਗਿਆ ਨੌਕਰ ਚਾਕਰ ਕਿੰਨੇ ਵੱਧ ਗਏ ਤੇ ਲੋਕ ਉਹਦੇ ਤੋਂ ਕਿ ਤੁਹਾਡੀ ਬਰਕਤ ਤੋਂ ਸ਼ੈਤਾਨ ਲੋਕ ਸੜਨਗੇ ਯਿਸੂ ਮਸੀਹ ਦੇ ਸਾਹਮਣੇ ਤੁਹਾਡੀ ਟੈਸਟਮਨੀ ਤੋਂ ਹੈਰਾਨ ਹੋਣਗੇ ਯਿਸੂ ਦੇ ਸਾਹਮਣੇ ਨਾਮ ਤੇ ਮੈਂ ਕਿਹਾ ਪਰਮੇਸ਼ਰ ਤੁਹਾਨੂੰ ਉੱਚਾ ਕਰਨ ਜਾ ਰਿਹਾ ਯਿਸੂ ਦੇ ਨਾਮ ਜਿੰਨੇ ਇਸ ਵਚਨ ਨੂੰ ਮੰਨ ਕੇ ਪਰਮੇਸ਼ਰ ਦਾ ਗੂੜ੍ਹ ਸਬੰਧ ਬਣਾਉਣਗੇ ਪਰਮੇਸ਼ਰ ਨੂੰ ਉੱਚਾ ਕਰੇਗਾ ਨਾ ਪਰਮੇਸ਼ਰ ਨੂੰ ਉੱਚਾ ਕਰੇਗਾ ਯਿਸੂ ਦੇ ਸਾਹਮਣੇ ਨਾਮ ਤੇ ਮੈਂ ਕਿਹਾ ਸ਼ੈਤਾਨ ਸੜੇਗਾ ਤੁਹਾਡੀ ਗਵਾਹੀ ਨਾਲ ਸੜੇਗਾ ਯਿਸੂ ਦੇ ਸਾਹਮਣੇ ਨਾਮ ਤੇ ਪਰਮੇਸ਼ਰ ਨੂੰ ਉੱਚਾ ਕਰੇਗਾ ਯਿਸੂ ਦੇ ਸਾਹਮਣੇ ਨਾਮ ਤੇ ਜੇ ਤੁਸੀਂ ਇਬਰਾਨੀਆਂ 10 ਦੀ 11 ਚ ਪੜ੍ਹੋ ਪੜ੍ਹੋ ਬਾਈਬਲ ਚ ਲਿਖਿਆ ਅਬਰਾਮ ਦੀ ਨਿਗਾਹ ਕਿੱਥੇ ਸੀ ਅਬਰਾਮ ਦੀ ਨਿਗਾਹ ਸਵਰਗ ਚ ਸੀ ਸਵਰਗ ਚ ਜਦੋਂ ਤੇ ਬੇਬੀ ਨਹੀਂ ਹੋਇਆ ਨਾ ਬੱਚਾ ਨਹੀਂ ਹੋਇਆ ਉਹਨੇ ਆਪਣਾ ਸਾਰਾ ਧਿਆਨ ਕਿੱਥੇ ਲਾ ਲਿਆ ਕਹਿੰਦਾ ਚਲੋ ਕੋਈ ਗੱਲ ਨਹੀਂ ਸਵਰਗ ਇਸੇ ਕਰਕੇ ਬਾਈਬਲ ਵਾਰ ਵਾਰ ਕਹਿੰਦੀ ਤੁਹਾਡਾ ਧਿਆਨ ਕਿੱਥੇ ਹੋਣਾ ਚਾਹੀਦਾ ਜੇ ਤੁਹਾਡਾ ਧਿਆਨ ਸਵਰਗ ਕੰਨੀ ਲੱਗ ਗਿਆ ਨਾ ਧਰਤੀ ਦੀ ਕੋਈ ਵੀ ਤਾਕਤ ਬਰਕਤ ਲੈਣ ਤੋਂ ਛੁਟਕਾਰਾ ਲੈਣ ਤੋਂ ਰੋਕ ਨਹੀਂ ਸਕਦੀ ਯਿਸੂ ਦੇ ਨਾਮ ਚ ਮੈਂ ਕੋ ਬਰਕਤ ਪਾਉਗੇ ਤੁਸੀਂ ਉਹ ਛੁਟਕਾਰਾ ਪਾਉਗੇ ਯਿਸੂ ਦੇ ਸਮਰਥੀ ਨਾਮ ਦੀ ਪੜ੍ਹਦੀ ਜੀ ਮੇਰੇ ਲਈ ਕਿਉਂ ਜੋ ਉਹ ਉਸ ਨਗਰ ਦੀ ਨਗਰ ਦੀ ਉਡੀਕ ਕਰਦਾ ਸੀ ਜੇ ਦੀਆਂ ਨੀਹਾਂ ਹਨ ਅਤੇ ਜੇ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਰ ਹੈ ਬਸ ਅਸ਼ਤ ਕਹਿੰਦਾ ਜੇ ਦੀਆਂ ਨੀਹਾਂ ਉਹਦੀ ਨਿਗਾਹ ਕਿੱਥੇ ਸਵਰਗ ਚ ਲੱਗ ਗਈ ਸੀ ਸਵਰਗ ਦੀਆਂ ਉੱਥੇ ਨੀਹਾਂ ਹੈਗੀਆਂ ਇਹਦੀ ਕੋਈ ਨੀਹ ਨਹੀਂ ਹੈਗੀ ਪਤਾ ਤੁਹਾਨੂੰ ਧਰਤੀ ਦਾ ਕੋਈ ਨੀਹ ਨਹੀਂ ਹੈਗੀ ਫਿਰ ਤੂੰ ਪੜੀ ਜਿਹੜੇ ਸਾਰਿਆਂ ਨੂੰ ਸਮਝ ਆ ਜਾਂਦਾ ਇੱਕ ਮਿੰਟ ਮੈਂ ਪੜਦਾ ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜੀ ਦੀਆਂ ਨੀਹਾਂ ਹਨ ਜੀ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਰ ਆਪ ਹੀ ਹੈ ਅਸ਼ਾਇਦ ਕਿ ਨਹੀਂ ਹੈ ਨਹੀਂ ਕੋਈ ਉਹ ਜਿਹੜਾ ਘਰ ਸਦਾ ਲਈ ਆਪਣਾ ਘਰ ਉੱਥੇ ਆਪਣੀ ਨਿਗਾਹ ਆਪਣਾ ਧਿਆਨ ਉੱਥੇ ਹੋਣਾ ਚਾਹੀਦਾ ਬਰਕਤ ਵੱਲੇ ਨਹੀਂ ਛੁਟਕਾਰੇ ਵੱਲੇ ਨਹੀਂ ਕਈਆਂ ਨੂੰ ਤਾਂ ਮਤਲਬ ਹੀ ਨਹੀਂ ਗਾ ਬਸ ਚੰਗੇ ਹੋ ਜਾਈਏ ਅਸਾਂ ਮਨ ਵਿੱਚ ਚੰਗਿਆਈ ਪਾ ਲਈ ਆ ਇਹ ਪ੍ਰਭੂ ਨਾਲ ਜੁੜੇ ਰਹਿ ਕੇ ਬਣੀ ਰਹਿ ਸਕਦੀ ਹੈ ਇਹ ਛੁਟਕਾਰਾ ਪ੍ਰਭੂ ਨਾਲ ਜੁੜੇ ਰਹਿ ਕੇ ਬਣਿਆ ਰਹਿ ਸਕਦਾ ਅਗਲੀ ਆਫਤ ਆਏਗੀ ਅਗਲੀ ਮੁਸੀਬਤ ਆਏਗੀ ਉਹ ਤਾਂ ਕੌਣ ਛੁਡਾਏਗਾ
ਜੇ ਉਹਦੇ ਨਾਲ ਬਾਈਬਲ ਕਹਿੰਦੀ ਮਰਨ ਤੋੜੀ ਵਫਾਦਾਰ ਰਹਿ, ਤੈਨੂੰ ਜੀਵਨ ਦੋ ਮੁਕਤ ਮਿਲੇਗਾ ਜਿਹੜਾ ਕਦੇ ਵੀ ਨਹੀਂ ਕਮਲਾਉਂਦਾ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਕੀ ਕਰਨਾ? ਪਰਮੇਸ਼ਰ ਨਾਲ ਚੰਗੇ ਸੰਬੰਧ ਨਾ, ਜਿਹੜੇ ਚੰਗੇ ਹਰੇਕ ਮੁਸੀਬਤ ਤੋਂ ਮੌਤ ਤੋਂ ਵੀ ਬਾਈਬਲ ਕਹਿੰਦੀ ਛੁਡਾ ਲੈਣਾ। ਇਜ਼ਕੀਏਲ ਨੂੰ ਛੁਡਾਇਆ, ਮੈਂ ਕਿਹਾ ਤੁਸੀਂ ਵੀ ਛੁਡਾਏ ਜਾਓਗੇ ਯਿਸੂ ਦੇ ਨਾਮ। ਦੋਸਤ ਦਾ ਘਰਾਣਾ ਛੁਡਾਇਆ ਗਿਆ, ਮੈਂ ਕਿਹਾ ਤੁਹਾਡਾ ਘਰਾਣਾ ਛੁਡਾਇਆ ਜਾਏਗਾ ਯਿਸੂ ਦੇ ਨਾਮ ਤੇ। ਜੋ ਸ਼ੈਤਾਨ ਨੇ ਲੁੱਟਿਆ ਤੁਸੀਂ ਵਾਪਸ ਪਾਓਗੇ ਯਿਸੂ ਦੇ ਨਾਮ ਤੇ। ਤੁਹਾਡੀ ਲਾਈਫ, ਤੁਹਾਡਾ ਪੈਸਾ, ਤੁਹਾਡਾ ਬਿਜ਼ਨਸ, ਤੁਹਾਡੇ ਜੀਵਨ ਚੋਂ ਮੈਂ ਕਿਹਾ ਸ਼ਾਂਤੀ, ਜੇ ਕੁਝ ਚਰਾਇਆ ਮੈਂ ਕਿਹਾ ਵਾਪਸ ਪਾਓਗੇ ਯਿਸੂ ਦੇ ਸਮਰਥੀ ਨਾਮ ਤੇ। ਮੈਂ ਕਿਹਾ ਵਾਪਸ ਪਾਓਗੇ ਯਿਸੂ ਦੇ ਸਮਰਥੀ ਨਾਮ ਤੇ। ਮੈਂ ਤੈਨੂੰ ਬਲੈਸ ਕਰਦਾ ਇਸ ਵਚਨ ਸਾਰੀ ਯਿਸੂ ਦੇ ਸਮਰਥੀ ਨਾਮ ਤੇ। ਤੂੰ ਬਰਾਮ ਜਹੀ ਬਰਕਤ ਪਾਓਗੇ, ਤੁਸੀਂ ਇਸ ਸਾਲ ਤੋਂ ਜਹੀ ਬਰਕਤ ਪਾਓਗੇ ਯਿਸੂ ਮਸੀਹ ਦੇ ਸਮਰਥੀ ਨਾਮ ਤੇ। ਮੈਂ ਕਿਹਾ ਪਰਮੇਸ਼ੁਰ ਦੇ ਨਜ਼ਦੀਕ ਤੁਸੀਂ ਜਾਣ ਵਾਲੇ ਯਿਸੂ ਦੇ ਸਮਰਥੀ ਨਾਮ ਤੇ। ਪਰਮੇਸ਼ੁਰ ਤੈਨੂੰ ਹੋਰ ਨਜ਼ਦੀਕ ਲੈ ਕੇ ਆਏਗਾ ਯਿਸੂ ਦੇ ਨਾਮ ਚ। ਤੁਹਾਨੂੰ ਮੈਂ ਬਲੈਸ ਕਰਦਾ, ਆਸ਼ਿਤ ਕਰਦਾ ਯਿਸੂ ਦੇ ਨਾਮ ਚ। ਆਓ ਇੱਕ ਪ੍ਰਾਰਥਨਾ ਕਰਾਂਗਾ। ਬੋਲੋ ਪ੍ਰਭੂ ਜੀ, ਮੇਰੇ ਪਾਪਾ ਕਦੀ ਨਾ ਦੇਖ, ਮੇਰੀਆਂ ਗਲਤੀਆਂ ਦਾ ਮੈਂ ਕਦੀ ਨਾ ਦੇਖ, ਮੈਨੂੰ ਆਪਣੀ ਹਜ਼ੂਰੀ ਚ ਆਪਣੇ ਨਜ਼ਦੀਕ ਹੋਰ ਲੈ ਜਾ ਪ੍ਰਭੂ। ਮੈਂ ਜਾਣਾ ਚਾਹੁੰਦੀ ਹਾਂ, ਜਾਣਾ ਚਾਹੁੰਦਾ ਪ੍ਰਭੂ ਜੀ, ਹੋਰ ਨਜ਼ਦੀਕ, ਹੋਰ ਨਜ਼ਦੀਕ, ਹੋਰ ਨਜ਼ਦੀਕ ਲੈ ਜਾ ਪ੍ਰਭੂ ਜੀ, ਆਪਣੀ ਮਹਿਮਾ ਲੈ ਜਾ ਯਿਸੂ ਦੇ ਨਾਮ ਵਿੱਚ। ਹਾਲੇਲੂਯਾ। ਬਾਈਬਲ ਚ ਲਿਖਿਆ, ਵਚਨ ਚ ਲਿਖਿਆ ਕਹਿੰਦਾ ਜਿਹੜੀ ਨੇਚਾ ਠੀਕ ਆ ਬਿਨਾਂ ਕਰਮਾਂ ਤੋਂ ਤੈਨੂੰ ਬਚਾ ਸਕਦੀ ਹੈ? ਕਹਿੰਦਾ ਨਹੀਂ। ਕਰਮ ਕਰਨੇ ਨਾਲ ਬਾਈਬਲ ਕੀ ਪੈਂਦੀ ਹੈ ਇੰਜ ਹੁੰਦਾ ਠੀਕ ਹੈ, ਜਿੱਥੇ ਆਪਣੀ ਜਦ ਤੱਕ ਆਪਾਂ ਨੂੰ ਆਸ ਨਾ ਵੀ ਪ੍ਰਭੂ ਕਰ ਦੇਗਾ, ਜਦੋਂ ਆਪਣੀ ਆਸ ਖਤਮ ਹੋ ਜਾਏ ਨਾ, ਖਤਮ ਹੋ ਜਾਏ ਪ੍ਰਭੂ ਦੀ ਉੱਥੋਂ ਸ਼ੁਰੂ ਹੁੰਦੀ। ਜਦੋਂ ਤੁਹਾਡੀ ਆਸ ਖਤਮ ਹੋ ਜਾਏ ਵੀ ਮੈਂ ਇਸ ਰੋਗ ਤੋਂ, ਇਸ ਬਿਮਾਰੀ ਤੋਂ, ਇਸ ਚੀਜ਼ ਤੋਂ ਨਹੀਂ ਛੁੱਟ ਸਕਦੀ, ਪਰਮੇਸ਼ਰ ਦਾ ਉੱਥੇ ਉਦੋਂ ਕੰਮ ਸ਼ੁਰੂ ਕਰਦਾ ਵੀ ਹੁਣੇ ਬਸ ਹੁਣ ਬਾਈ ਬਸ ਹੁਣ ਨਹੀਂ। ਕਹਿੰਦੇ ਵਕੀਲਾਂ ਨੇ ਕਹਿਤਾ, ਜੱਜਾਂ ਨੇ ਕਹਿਤਾ ਵੀ ਤੁਹਾਡਾ ਬੰਦਾ ਸਜ਼ਾ ਭੋਗੇ ਗਈ, ਪਰ ਬਾਈਬਲ ਕਹਿੰਦੀ ਧਰਮੀ ਜਨ ਛੁਡਾਇਆ ਜਾਏਗਾ। ਮੈਂ ਕਿਹਾ ਤੁਸੀਂ ਛੁਡਾਏ ਜਾਓਗੇ, ਤੁਹਾਡੇ ਘਰ, ਤੁਹਾਡੇ ਹਾਲਾਤ ਸੁਧਰ ਜਾਣਗੇ ਯਿਸੂ ਮਸੀਹ ਦੇ ਨਾਮ ਚ। ਕੀ ਹੋਇਆ? ਜਦੋਂ ਆਸ, ਜਦੋਂ ਅਬਰਾਮ ਦੀ ਵੀ ਆਸ ਖਤਮ ਹੋ ਗਈ, ਕਹਿੰਦਾ ਹੁਣ ਮੇਰੇ ਬੇਬੀ ਨਹੀਂ ਹੋ ਸਕਦਾ, ਪਰਮੇਸ਼ਰ ਕਹਿੰਦਾ ਹੁਣ ਹੋਏਗਾ। ਅਸੀਂ ਅੱਗੇ ਲੇਹਣ ਨਹੀਂ ਹੋ ਸਕਦਾ ਹੁਣ, ਪਰਮੇਸ਼ਰ ਕਹਿੰਦਾ ਅੱਜ ਹੀ ਹੋਏਗਾ, ਹੋਇਆ ਯਿਸੂ ਮਸੀਹ ਦੇ ਨਾਮ ਚ। ਮੈਂ ਕਿਹਾ ਤੁਸੀਂ ਵੀ ਬਲੈਸ ਹੋਵੋਗੇ ਯਿਸੂ ਦੇ ਸਾਮਰਥੀ ਨਾਲ। ਜਿੰਨਿਆਂ ਦੀ ਹੋਂਦ ਮਰ ਚੁੱਕੀ ਹੈ ਮੈਂ ਕਿਹਾ ਜੀ ਪਵੇ ਯਿਸੂ ਦੇ ਨਾਮ ਤੇ, ਜਿੰਨਿਆਂ ਦੀ ਆਸ ਮਰ ਚੁੱਕੀ ਮੈਂ ਕਿਹਾ ਜਿੰਦਾ ਹੋ ਜਾਏ ਯਿਸੂ ਦੇ ਨਾਮ, ਜਿੰਦਾ ਹੋ ਜਾਏ ਯਿਸੂ ਦੇ ਨਾਮ ਸੇ। ਮੈਂ ਕਿਹਾ ਬੋਲੋ ਪ੍ਰਭੂ ਜੀ, ਗੋਡੇ ਮੋਢੇ ਮਾਰੀ, ਗੋਡੇ ਤੇ ਇਹ ਸਭ ਜਨ ਆਪਾਂ ਇੱਕ ਪ੍ਰੇਅਰ ਕਰਾਂਗੇ। ਟੁੱਟ ਜਾਈਏ ਪਰਮੇਸ਼ਰ ਵੀ, ਬੋਲੋ ਪ੍ਰਭੂ ਤੂੰ ਆਖਿਆ ਮੈਂ ਟੁੱਟਿਆ ਤੇ ਅੱਜ ਤੈਨੂੰ ਤੁੱਛ ਨਹੀਂ ਜਾਣਦਾ। ਪ੍ਰਭੂ ਜੀ ਮੈਨੂੰ ਆਪਣੇ ਹੋਰ ਨਜ਼ਦੀਕ ਲੈ ਕੇ ਜਾਏ, ਪ੍ਰਭੂ ਜੀ ਮੈਨੂੰ ਆਪਣੇ ਹੋਰ ਨਜ਼ਦੀਕ ਲੈ ਕੇ ਜਾਏ, ਮੈਨੂੰ ਹੋਰ ਨਜ਼ਦੀਕ, ਮੈਨੂੰ ਸਟਰੋਂਗ ਕਰ ਆਤਮਿਕ ਔਰ ਸਰੀਰਕ ਰੀਤੀ ਨਾਲ ਵੀ। ਪ੍ਰਭੂ ਜੀ ਬੋਲੋ ਮੁਖੋਲ ਕੇ ਸਟਰੋਂਗ ਕਰ, ਮਜ਼ਬੂਤ ਕਰ, ਖੁਦਾਵੰਦ ਮਜ਼ਬੂਤ ਬਣ, ਮਜ਼ਬੂਤ ਕਰ, ਬੋਲੋ ਯਿਸੂ ਦੇ ਨਾਮ ਚ। ਬੋਲੋ ਪ੍ਰਭੂ ਜੀ, ਜਾਂ ਤੁਸੀਂ ਬੋਲ ਰਹੇ ਹੋ ਪਰਮੇਸ਼ਰ ਆਤਮਾ ਮੈਨੂੰ ਦਿਖਾ ਰਿਹਾ, ਤੁਹਾਡੀ ਪ੍ਰਾਰਥਨਾ ਲਾਈਫ ਵੱਧ ਰਹੀ ਹੈ। ਮੈਂ ਕਿਹਾ ਪ੍ਰਾਰਥਨਾ ਲਾਈਫ ਤੁਹਾਡੀ ਸਟਰੋਂਗ ਹੋ ਰਹੀ ਹੈ ਯਿਸੂ ਦੇ ਨਾਮ ਚ। ਮੈਂ ਕਿਹਾ ਪ੍ਰਾਰਥਨਾ ਲਾਈਫ ਤੁਹਾਡੀ ਸਟਰੋਂਗ ਹੋ ਰਹੀ ਹੈ ਯਿਸੂ ਦੇ ਨਾਮ ਚ, ਤੁਹਾਡੇ ਸੰਬੰਧ ਪਰਮੇਸ਼ਰ ਨਾਲ ਵੱਧ ਰਹੇ ਯਿਸੂ ਦੇ ਨਾਮ ਚ, ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਜਾ ਰਹੇ ਯਿਸੂ ਦੇ ਸਾਹਮਣੇ।
ਬੋਲੋ ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ। ਵੱਡਾ ਸੱਚਮੁੱਚ ਬਰਕਤ ਤੁਹਾਡੀ ਹੈ, ਅੱਜ ਤੱਕ ਦੇ ਸੰਬੰਧ ਬਹੁਤ ਮਜ਼ਬੂਤ ਹੋ ਚੁੱਕੇ ਯਿਸੂ ਦੇ ਨਾਮ ਚ। ਮੈਂ ਕਿਹਾ ਯਿਸੂ ਦੇ ਨਾਮ ਚ ਮੈਂ ਘੋਸ਼ਣਾ ਕਰਦਾ ਤੁਹਾਡੀ ਪ੍ਰਾਰਥਨਾ ਲਾਈਫ ਚੇਂਜ ਹੋ ਚੁੱਕੀ ਆ, ਉਹ ਵਧੇਗੀ ਅੱਜ ਤੋਂ ਬਾਅਦ, ਪਵਿੱਤਰ ਦਾ ਲੈਵਲ ਵਧੇਗਾ ਯਿਸੂ ਦੇ ਨਾਮ ਚ। ਮੈਂ ਕਿਹਾ ਵਧੇਗਾ ਯਿਸੂ ਦੇ ਨਾਮ ਚ, ਵਧੇਗਾ ਯਿਸੂ ਦੇ ਨਾਮ ਚ, ਤੁਹਾਡੇ ਬੱਚਿਆਂ ਦਾ, ਤੁਹਾਡੇ ਘਰ ਦਾ, ਪਰਿਵਾਰ ਦਾ। ਮੈਂ ਕਿਹਾ ਪ੍ਰਾਰਥਨਾ ਲਾਈਫ ਟਾਈਮ ਵਧੇਗਾ ਯਿਸੂ ਦੇ ਨਾਮ ਚ, ਕਰੈਕਟਰ ਚੇਂਜ ਹੋ ਚੁੱਕਾ ਯਿਸੂ ਦੇ ਨਾਮ ਚ। ਮੈਂ ਕਿਹਾ ਪਵਿੱਤਰਤਾ ਦੀ ਸਾਖਰ ਤੁਹਾਡੇ ਪਰ, ਤੁਹਾਡੇ ਬੱਚਿਆਂ ਦੇ ਆਈ ਯਿਸੂ ਦੇ ਨਾਮ ਚ। ਬੋਲੋ ਥੈਂਕ ਯੂ ਜੀਸਸ, ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ। हमारे YouTube चैनल को सब्सक्राइब करें ताकि आप परमेश्वर के गहरे वेदों को जान सकें कि कैसे आप परमेश्वर में बढ़ सकते हैं, कैसे आप दुष्ट आत्माओं से, नशों से, बीमारियों से और वंचों के शापों से आजाद हो सकते हैं।